ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਪਿੱਛੇ 30 ਤਰੀਕ ਦਾ ਦਿਨ ਲੰਘ ਕੇ ਗਿਆ। ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਤਿਕਾਰਯੋਗ ਬਾਬਾ ਰਵਿਦਾਸ ਜੀ ਦਾ ਜਨਮ ਹੋਇਆ ਸੀ ਉਸ ਦਿਨ। ਅਤੇ ਅੱਜ ਆਪਾਂ ਸ਼ਬਦ ਵੀ ਜੋ ਆਪ ਜੀ ਨਾਲ ਸਾਂਝਾ ਕੀਤਾ ਹੈ, ਸਤਿਕਾਰਯੋਗ ਬਾਬਾ ਰਵਿਦਾਸ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸਤਿਕਾਰਯੋਗ ਬਾਬਾ ਰਵਿਦਾਸ ਜੀ ਦੇ ਕੁੱਲ 40 ਸ਼ਬਦ ਹਨ। 40 ਸ਼ਬਦਾਂ ਵਿੱਚ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ। ਅਸੀਂ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਕਿਵੇਂ ਮਿਲਾ ਸਕਦੇ ਹਾਂ, ਇਹ ਸਮਝ ਸਾਨੂੰ ਬਾਣੀ ਵਿੱਚੋਂ ਸਤਿਗੁਰ ਨੇ ਬਖਸ਼ੀ ਹੈ। ਬਾਬਾ ਰਵਿਦਾਸ ਜੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਹੁਤ ਚਿਰ ਪਹਿਲਾਂ ਹੋਏ ਹਨ, ਪਰ ਉਹਨਾਂ ਦੀ ਬਾਣੀ ਧੰਨ ਗੁਰਦੇਵ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਖੁਦ ਲੈ ਕੇ ਆਏ ਸਨ। ਬਾਬਾ ਫਰੀਦ ਜੀ ਦੀ ਬਾਣੀ ਵੀ ਸਤਿਗੁਰ ਨੇ ਲੈ ਕੇ ਆਉਂਦੀ ਹੈ। ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਅੰਦਰ ਜਿੱਥੇ ਜਿੱਥੇ ਵੀ ਕੋਈ ਰੱਬ ਦਾ ਪਿਆਰਾ, ਰੱਬ ਦੀ ਗੱਲ ਕਰਦਾ, ਸੱਚ ਦੀ ਗੱਲ ਕਰਦਾ, ਗੁਰੂ ਨਾਨਕ ਮਹਾਰਾਜ ਉਹ ਬਾਣੀ ਆਪਣੇ ਹੱਥੀਂ ਲੈ ਕੇ ਆਉਂਦੇ ਰਹੇ ਹੈ। ਪਹਿਲਾਂ ਪੋਥੀ ਕਿਹਾ ਜਾਂਦਾ ਸੀ, ਫਿਰ ਆਦਿ ਬੀੜ ਹੋ ਗਿਆ, ਔਰ 1708 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਜਾ ਦਿੱਤਾ ਆ। ਇਹ ਜਿਹੜੇ ਭਗਤ ਸਨ, ਇਹ ਜਿਹੜੇ ਮਹਾਂਪੁਰਖ ਸਨ, ਇਹ ਰੱਬ ਵਿੱਚ ਸਮਾਏ ਹੋਏ ਸਨ, ਰੱਬ ਵਿੱਚ ਲੀਨ ਸਨ। ਔਰ ਇਸ ਗੱਲ ਦੀ ਗਵਾਹੀ ਖੁਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਿੰਦੇ ਨੇ ਵੀ ਇਹ ਰੱਬ ਦੇ ਪਿਆਰੇ ਰੱਬ ਦੇ ਕਿੰਨੇ ਨੇੜ ਸਨ। ਸਾਨੂੰ ਕਿਸੇ ਗੈਰ ਤੋਂ ਪੁੱਛਣ ਦੀ ਲੋੜ ਨਹੀਂ ਵੀ ਇਹ ਮਹਾਂਪੁਰਖਾਂ ਦਾ ਰੱਬ ਨਾਲ ਕੀ ਸਾਂਝ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਉਹ ਪਾਵਨ ਬੋਲ ਮੈਂ ਆਪ ਜੀ ਨਾਲ ਸਾਂਝੇ ਕਰਦਾ। ਸਤਿਕਾਰਯੋਗ ਭਾਈ ਜੀ ਵੀ ਆਪ ਜੀ ਨੂੰ ਪੜ੍ਹ ਕੇ ਸੁਣਾਉਂਦੇ ਹੋਣੇ ਉਹ ਬੋਲ। ਗੁਰੂ ਅਰਜਨ ਸਾਹਿਬ ਪਤਾ ਕੀ ਕਹਿੰਦੇ ਬਾਬਾ ਰਵਿਦਾਸ ਜੀ ਬਾਰੇ, ਭਗਤਾਂ ਦੇ ਬਾਰੇ? ਕਹਿਣ ਲੱਗੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਜੀ ਦਾ ਮਨ ਰੱਬ ਦੇ ਵਿੱਚ ਕੀ ਹੋਇਆ ਪਿਆ? ਲੀਨ ਹੋਇਆ ਪਿਆ। ਇਹ ਕੌਣ ਕਹਿ ਰਿਹਾ? ਤਵੀ 'ਤੇ ਬੈਠਣ ਵਾਲਾ ਬਾਪੂ, ਆਪਣੇ ਸੀਸ ਵਿੱਚ ਗਰਮ ਰੇਤਾ ਪਵਾਉਣ ਵਾਲਾ, ਤੱਤੀ ਤਵੀ 'ਤੇ ਆਸਣ ਲਾਉਣ ਵਾਲਾ, ਜਿਸ ਬਾਪੂ ਨੂੰ, ਜਿਸ ਸਤਿਗੁਰ ਨੂੰ ਰਾਵੀ ਦੇ ਨਦੀ ਦੇ ਵਿੱਚ ਰੋੜ ਦਿੱਤਾ ਗਿਆ, ਤਸੀਹੇ ਦੇ ਕੇ ਉਹ ਬਾਪੂ ਗਵਾਹੀ ਦੇ ਰਿਹਾ ਵੀ ਇਹ ਭਗਤ ਰੱਬ ਦੇ ਕਿੰਨਾ ਨੇੜ ਸਨ। ਕਹਿਣ ਲੱਗੇ, ਭਗਤ ਨਾਮਦੇਵ ਜੀ ਦਾ ਮਨ ਰੱਬ ਦੇ ਵਿੱਚ ਲੀਨ ਹੋਇਆ ਪਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆਡ ਦਾਮ ਕੋ ਸ਼ੀ ਪਰੋ ਹੋਇਓ ਲਖੀਣਾ। ਅਤੇ ਜਿਹਨੂੰ ਲੋਕ ਅੱਧੀ ਕੌਡੀ ਦਾ ਕਹਿੰਦੇ ਆ ਨਾ ਵੀ ਇਹਦੇ ਪੱਲੇ ਕੀ ਹੈ, ਉਹਦੀ ਕੀਮਤੀ ਨਾ ਰਹੀ ਕੋਈ ਰੱਬ ਦਾ ਨਾਂ ਲੈ ਕੇ। ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਭਗਤ ਨਾਮਦੇਵ ਜੀ ਨੇ ਅੱਜ ਤੋਂ ਬੁਣਨਾ ਤਣਨਾ ਛੱਡ ਦਿੱਤਾ। ਕਾਹਦਾ ਬੁਣਨਾ ਤਣਨਾ? ਈਰਖਾ, ਵਿਕਾਰਾਂ ਦਾ, ਤ੍ਰਿਸ਼ਨਾ ਦਾ, ਇਹ ਲੋਭ ਲਾਲਚ ਤੋਂ ਉੱਪਰ ਹੋ ਗਏ। ਕਿਹਦੇ ਨਾਲ ਸਾਂਝ ਪਾ ਲਈ? ਰੱਬ ਨਾਲ ਸਾਂਝ ਪਾ ਲਈ। ਗੁਰੂ ਅਰਜਨ ਸਾਹਿਬ ਕਹਿੰਦੇ, ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ। ਜਿਹਨੂੰ ਲੋਕ ਕਹਿੰਦੇ ਜਲਾਇਆਂ ਦਾ ਪੁੱਤ ਹੈ, ਇਹਦੇ ਪੱਲੇ ਕੀ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਉਹ ਰੱਬ ਦਾ ਪਿਆਰਾ ਕੀ ਬਣ ਗਿਆ? ਭਇਓ ਗੁਣੀ ਗਹੀਰਾ, ਉਹ ਗੁਣਾਂ ਦਾ ਮਾਲਕ ਬਣ ਗਿਆ, ਗੁਣਾਂ ਦੀ ਖਾਣ ਬਣ ਗਿਆ, ਉਹਦੇ ਜੀਵਨ 'ਚ ਰੱਬ ਦੇ ਗੁਣ ਆ ਗਏ। ਅਤੇ ਅੱਗੇ ਫਿਰ ਕਿਹੜੇ ਭਗਤ ਜੀ ਬਾਰੇ ਗੁਰੂ ਅਰਜਨ ਸਾਹਿਬ ਜੀ ਨੇ ਦੱਸਿਆ? ਕਹਿਣ ਲੱਗੇ, ਰਵਿਦਾਸ ਟਮੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ। ਬਾਬਾ ਰਵਿਦਾਸ ਜੀ
ਮਾਇਆ ਛੱਡਤੀ, ਮੋਹ ਮਾਇਆ ਦਾ ਤਿਆਗ। ਮਾਇਆ ਇਹ ਮਾਇਆ ਜਿੱਤ ਹਾਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਮੋਹ ਮਾਇਆ ਦਾ ਵਿਕਾਰਾਂ ਦਾ ਸੰਗ ਛੱਡ ਦਿੱਤਾ। ਰਵਿਦਾਸ ਟਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੂਆ ਸਾਧ ਸੰਗ ਹਰ ਦਰਸ਼ਨ ਪਾਇਆ। ਅਤੇ ਬਾਬਾ ਰਵਿਦਾਸ ਜੀ ਨੇ ਰੱਬ ਦੁਨੀਆ ਵਿੱਚੋਂ ਪ੍ਰਗਟ ਹੁੰਦਾ ਵੇਖ ਲਿਆ, ਸੰਸਾਰ 'ਚੋਂ ਰੱਬ ਦੇਖ ਲਿਆ। ਅੱਗੇ ਪਤਾ ਕੀ ਆਖਿਆ ਉਹਨਾਂ, ਸੈਣ ਨਾਈ। ਨਾਈਆਂ ਦਾ ਕੀ ਕੰਮ ਹੁੰਦਾ ਸਾਡੇ ਪਿੰਡਾਂ 'ਚ? ਕਿਸੇ ਦੇ ਘਰਾਂ 'ਚ ਕਹਿਣਾ, ਬੁੱਤੀਆਂ ਕਰਨੀਆਂ, ਵੀ ਫਲਾਨੇ ਦੇ ਵਿਆਹ ਆ ਜਾਓ ਵੀ ਟਾਈਮ ਨਾਲ, ਇੱਦਾਂ ਦੇ ਕੰਮ ਹੁੰਦੇ ਆ। ਅਤੇ ਬਾਬਾ ਜੀ ਕਹਿੰਦੇ ਜਿਹੜੇ ਸੈਣ ਭਗਤ ਜੀ ਆ ਨਾ, ਉਹ ਕਿੱਥੋਂ ਤੱਕ ਪਹੁੰਚ ਗਏ? ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਉਸ ਬਾਬੇ ਦੀ ਚਰਚਾ ਘਰ ਘਰ ਹੋਈ, ਹਰ ਘਰ ਦੇ ਵਿੱਚ ਸਲਾਹਿਆ ਗਿਆ, ਚੇਤੇ ਕੀਤਾ ਗਿਆ। ਸੱਚੇ ਅਤੇ ਸੁਹਿਰਦ ਬੰਦਿਆਂ ਨੇ ਉਹਨਾਂ ਦੀ ਬਾਣੀ ਦੀ ਉਪਮਾ ਕੀਤੀ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਅਤੇ ਸਤਿਕਾਰਯੋਗ ਭਗਤ ਸੈਣ ਜੀ ਦਾ ਜ਼ਿਕਰ ਭਗਤਾਂ ਦੇ ਵਿੱਚ ਆ ਗਿਆ, ਰੱਬ ਦੇ ਪਿਆਰਿਆਂ 'ਚ ਆ ਗਿਆ, ਰੱਬ ਦਾ ਨਾਂ ਲੈਣ ਲੱਗ ਗਏ। ਇਹਨਾਂ ਭਗਤਾਂ ਵੱਲ ਵੇਖ ਕੇ ਫਿਰ ਭਗਤ ਧੰਨਾ ਜੀ ਦੇ ਅੰਦਰ ਵੀ ਖਿਆਲ ਆਇਆ ਵੀ ਅਸੀਂ ਵੀ ਰੱਬ ਨੂੰ ਪਾ ਸਕਦੇ ਹਾਂ। ਇਹ ਬਿੱਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪਰਤਖ ਗੁਸਾਈਆਂ ਧੰਨਾ ਵਡਭਾਗਾ। ਭਗਤ ਧੰਨਾ ਜੀ ਨੇ ਰੱਬ ਨਾਲ ਸਾਂਝ ਪਾ ਲਈ, ਪ੍ਰਤੱਖ ਪ੍ਰਗਟ ਕਰ ਲਿਆ ਰੱਬ ਨੂੰ, ਪੂਰੀ ਖਲਕਤ ਵਿੱਚੋਂ ਆਪਣੇ ਅੰਦਰੋਂ ਰੱਬ ਨੂੰ ਮਹਿਸੂਸ ਕੀਤਾ। ਇੰਨੇ ਨੇੜ ਸਨ ਇਹ ਭਗਤ, ਇੰਨੇ ਰੱਬ ਦੇ ਪਿਆਰੇ ਨੇੜ ਸਨ ਇਹ, ਅਕਾਲ ਪੁਰਖ ਨੂੰ ਇਹਨਾਂ ਨੇ ਪਾਇਆ। ਇਹਦੀ ਗਵਾਹੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਹੋਰ ਹੋ ਸਕਦਾ ਜੀ? ਜਪਿਓ ਜਿਨ ਅਰਜਨ ਦੇਵ ਗੁਰੂ, ਭੱਟ ਸਾਹਿਬਾਨਾਂ ਨੇ ਆਖਿਆ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗਵਾਹੀ ਦਿੱਤੀ ਹੈ ਵੀ ਜਿਨ੍ਹਾਂ ਨੇ ਜਪਿਆ ਗੁਰੂ ਸਾਹਿਬ ਨੂੰ, ਉਹਨਾਂ ਦੀ ਜ਼ਿੰਦਗੀ 'ਚੋਂ ਕੱਲ੍ਹ ਕਲੇਸ਼ ਮਰ ਗਏ। ਅਤੇ ਸਾਡੇ ਸਮਾਜ ਵਿੱਚ ਅੱਜ ਸਭ ਤੋਂ ਵੱਡਾ ਰੌਲਾ ਕਾਹਦਾ ਜੀ, ਦੱਸਿਓ ਭਲਾ? ਸਭ ਤੋਂ ਵੱਡੀ ਲੜਾਈ ਕਾਹਦੀ ਹੈ ਜੀ? ਵੈਰ ਵਿਰੋਧ ਈਰਖਾ ਸਾੜਾ ਸਭ ਤੋਂ ਜ਼ਿਆਦਾ ਕਿਸ ਗੱਲ 'ਤੇ ਆ ਜੀ? ਵੀ ਬਾਬਾ ਰਵਿਦਾਸ ਜੀ ਨੂੰ ਭਗਤ ਕਹਿਣਾ ਚਾਹੀਦਾ ਹੈ ਜਾਂ ਗੁਰੂ ਕਹਿਣਾ ਚਾਹੀਦਾ ਹੈ? ਵਖਰੇਵੇਂ ਵਧੇ ਹੋਏ ਹੈ, ਬਾਣੀ ਅਲੱਗ ਕਰ ਦਿੱਤੀ ਹੈ, ਵੈਰ ਵੱਧਦਾ ਵੱਧਦਾ ਇਸ ਹੱਦ ਤੱਕ ਵੱਧ ਗਿਆ ਵੀ ਬੰਦਾ ਰੱਬ ਅਤੇ ਧਰਮ ਦੀ ਗੱਲ ਵੀ ਇੱਕ ਜਗ੍ਹਾ 'ਤੇ ਬਹਿ ਕੇ ਸੁਣ ਜਾਂ ਕਰਨ ਨੂੰ ਤਿਆਰ ਨਹੀਂ ਹੈਗਾ। ਔਰ ਇਹ ਗੱਲਾਂ ਉਹਨਾਂ ਲੋਕਾਂ ਦੇ ਮਨਾਂ 'ਚ ਆਈਆਂ ਜਿਨ੍ਹਾਂ ਨੇ ਸਤਿਕਾਰਯੋਗ ਬਾਬਾ ਰਵਿਦਾਸ ਜੀ ਦੀ ਬਾਣੀ ਨੂੰ ਪੜ੍ਹਿਆ ਜਾਂ ਸਮਝਿਆ ਜਾਂ ਵਿਚਾਰਿਆ ਨਹੀਂ ਹੈਗਾ। ਜਿਹੜੇ ਸਰੀਰਾਂ ਨੇ ਬਾਣੀ ਪੜ੍ਹੀ ਹੈ ਨਾ, ਜਿਨ੍ਹਾਂ ਨੇ ਬਾਣੀ ਨੂੰ ਗਾਇਆ, ਵਿਚਾਰਿਆ, ਸਮਝਿਆ, ਉਹਨਾਂ ਦੇ ਅੰਦਰ ਇੱਦਾਂ ਦੇ ਭਰਮ ਨਹੀਂ ਹੈਗੇ। ਔਰ ਇਹ ਭਰਮ, ਇਹ ਭੁਲੇਖੇ ਸਾਡੀ ਹਉਮੈ ਦੇ ਅੰਦਰੋਂ, ਸਾਡੇ ਹੰਕਾਰ ਦੇ ਵਿੱਚੋਂ ਪੈਦਾ ਹੋਏ ਹੈ। ਵਖਰੇਵੇਂ ਅਸਲ ਵਿੱਚ ਸਾਡੇ ਦਿਲਾਂ ਦਿਮਾਗਾਂ 'ਚ ਹੁੰਦੇ ਹੈ। ਵੈਸੇ ਜਾਤਾਂ, ਨਸਲਾਂ, ਮਜ਼ਹਬਾਂ ਅਤੇ ਦੇਸ਼ਾਂ ਵਿੱਚ ਵੰਡਿਆ ਹੋਇਆ ਬੰਦਾ ਕੀ ਇਹਨਾਂ ਭਗਤਾਂ ਨੂੰ ਸਮਝ ਸਕਦਾ, ਇਸ ਬਾਣੀ ਨੂੰ ਸਮਝ ਸਕਦਾ ਜੀ? ਕਿ ਤੰਗ ਦਿਲ ਬੰਦਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਮਰੀਦ ਬਣ ਸਕਦਾ? ਜਿਹਦੀ ਸੋਚ ਤੰਗੀ ਵਾਲੀ ਹੈ, ਬਾਬੇ ਰਵਿਦਾਸ ਜੀ ਨੇ ਤਾਂ ਆਪ ਆਖਿਆ, ਬਾਣੀ ਵਿੱਚ ਸ਼ਬਦ ਸਾਂਝਾ ਕੀਤਾ, ਕਹਿਣ ਲੱਗੇ, ਕੂਪ ਪਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ। ਕੂਪ ਦਾ ਅਰਥ ਹੁੰਦਾ ਖੂਹ, ਕਹਿੰਦੇ ਡੱਡੂਆਂ ਨਾਲ ਖੂਹ ਭਰਿਆ ਖੂਹ। ਅਤੇ ਕਿਸੇ ਨੇ ਨਾ ਡੱਡੂਆਂ ਨੂੰ ਆਖਿਆ, ਓਏ ਡੱਡੂਓ ਆਓ, ਤੁਹਾਨੂੰ ਖੂਹ 'ਚੋਂ ਕੱਢ ਕੇ ਦਰਿਆ 'ਚ ਲੈ ਚੱਲੀਏ, ਨਦੀ 'ਚ ਲੈ ਚੱਲੀਏ, ਜਾਣਾ ਚਾਹੁੰਦੇ ਹਾਂ, ਵੇਖਣੀ ਨਦੀ ਦਰਿਆ ਵੇਖਣਾ। ਅਤੇ ਡੱਡੂ ਕੀ ਆਉਂਦੇ ਭਲਾ? ਕਹਿੰਦੇ ਲੈ, ਜਿਹਦੇ ਵਿੱਚ ਰਹਿੰਦੇ ਹਾਂ ਇਦੋਂ ਵੱਡਾ ਦਰਿਆ ਹੋਰ ਕਿਹੜਾ ਹੋ ਸਕਦਾ?
ਇਦੋਂ ਵੱਡੀ ਹੋਰ ਨਦੀ ਕਿਹੜੀ ਹੋ ਸਕਦੀ ਹੈ। ਭਾਵ ਡੱਡੂਆਂ ਦੀ ਸੋਚ ਕੀ ਹੈ ਜੀ? ਡੱਡੂਆਂ ਦੀ ਸੋਚ ਹੈਗੀ ਸੀਮਤ। ਡੱਡੂ ਫਸੇ ਹੋਏ ਇੱਕ ਧਿਰ ਦੇ ਵਿੱਚ, ਅਤੇ ਸਾਡਾ ਮਨ ਡੱਡੂ ਵੀ ਇੱਦਾਂ ਦਾ ਹੀ ਹੈ। ਐਬ ਤਨ ਚੀਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਗੁਰੂ ਨਾਨਕ ਸਾਹਿਬ ਕਹਿੰਦੇ ਮਨ ਡੱਡੂ ਵੀ ਵਿਕਾਰਾਂ ਦੇ ਚਿੱਕੜ ਵਿੱਚ ਫਸਿਆ ਹੋਇਆ, ਅਤੇ ਇਹ ਡੱਡੂ ਵੀ ਉਸ ਖੂਹ 'ਚੋਂ ਬਾਹਰ ਜਾ ਕੇ ਵੇਖਣਾ ਥੋੜ੍ਹਾ ਚਾਹੁੰਦਾ ਵੀ ਦੁਨੀਆ ਕਿੰਨੀ ਵੱਡੀ ਹੈ, ਸੰਸਾਰ ਕਿੰਨਾ ਵੱਡਾ ਹੈ, ਰੱਬ ਕੀ ਹੈ, ਰੱਬ ਦੀਆਂ ਅਸਲ 'ਚ ਗੱਲਾਂ ਕਿਹੜੀਆਂ। ਬਾਹਰ ਥੋੜ੍ਹਾ ਆਉਣਾ ਚਾਹੁੰਦਾ ਇਹ ਡੱਡੂ, ਉੱਥੇ ਹੀ ਸੀਮਤ ਹੋਇਆ ਬੈਠਾ ਹੈ। ਅੱਗੇ ਬਾਬਾ ਜੀ ਕਹਿੰਦੇ ਐਸੇ ਮੇਰੇ ਮਨ ਵਿਖਿਆ ਬਮੋਹਿਆ, ਕਛਿਆਰਾ ਪਾਲ ਨਾ ਸੂਝ। ਕਹਿਣ ਲੱਗੇ ਇਵੇਂ ਸਾਡਾ ਮਨ ਜ਼ਹਿਰ 'ਚ ਫਸਿਆ ਹੋਇਆ, ਇਦੋਂ ਉੱਪਰ ਉੱਠ ਕੇ ਵੇਖਣ ਨੂੰ ਤਿਆਰ ਨਹੀਂ ਹੈਗਾ। ਈਰਖਾ ਸਾਡੇ ਮਨਾਂ 'ਚ, ਅਸੀਂ ਭਗਤ ਵੰਡ ਲਏ, ਮਹਾਂਪੁਰਖ ਵੰਡ ਲਏ, ਗੁਰੂ ਵੰਡ ਲਏ, ਸ਼ਹੀਦ ਵੰਡ ਲਏ, ਸਾਰਾ ਕੁਝ ਵੰਡਿਆ ਹੀ ਆ ਬੰਦਿਆਂ ਨੇ। ਈਰਖਾ ਮਨਾਂ ਦੇ ਅੰਦਰ ਹੈ, ਹੰਕਾਰ ਮਨਾਂ ਦੇ ਅੰਦਰ ਹੈ, ਵੰਡ ਅਸੀਂ ਭਗਤ ਰਹੇ ਹਾਂ। ਅਤੇ ਤੰਗ ਦਿਲ ਬੰਦਾ ਇਹਨਾਂ ਭਗਤਾਂ ਅਤੇ ਇਹਨਾਂ ਗੁਰੂਆਂ ਨੂੰ ਨਹੀਂ ਸਮਝ ਸਕਦਾ। ਰੌਲਾ ਕਾਹਦਾ ਹੈ ਜੀ, ਵੀ ਭਗਤ ਕਹਿਣਾ ਚਾਹੀਦਾ ਜਾਂ ਗੁਰੂ ਕਹਿਣਾ ਚਾਹੀਦਾ? ਮੈਂ ਜ਼ਿਕਰ ਕਰਾਂ, ਵੈਸੇ ਭਗਤ ਵੀ ਕੋਈ ਛੋਟਾ ਸ਼ਬਦ ਨਹੀਂ ਹੈਗਾ। ਭਗਤ ਵੀ ਉਹਨੂੰ ਪਾਉਣ ਵਾਲਾ ਹੀ ਹੈ, ਜਿਹੜਾ ਰੱਬ ਨੂੰ ਪਾ ਲੈਂਦਾ ਉਹਨੂੰ ਭਗਤ ਕਿਹਾ ਜਾਂਦਾ। ਆਪਾਂ ਪੜ੍ਹਦੇ ਹਾਂ ਨਾ, ਹਰਨਾਕ 'ਚ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤ ਕੋਈ ਛੋਟੇ ਹੁੰਦੇ ਆ, ਗੁਰੂ ਅਤੇ ਭਗਤ ਦਾ ਦਰਜਾ ਕੋਈ ਵੱਖਰਾ ਥੋੜ੍ਹਾ, ਇੱਕੋ ਹੀ ਅਵਸਥਾ। ਜਿਹੜਾ ਰੱਬ ਨੂੰ ਪਾ ਲੈਂਦਾ ਉਹਦੇ 'ਚ ਅਭੇਦ ਹੋ ਜਾਂਦਾ, ਤੁਸੀਂ ਉਹਨੂੰ ਗੁਰੂ ਕਹਿ ਲਓ, ਭਗਤ ਕਹਿ ਲਓ, ਕਿੱਡੀ ਕੁ ਵੱਡੀ ਗੱਲ ਹੈ। ਪਾਣੀ ਦੇ ਕਿੰਨੇ ਨਾਂ ਲੈਂਦੇ ਹਾਂ ਆਪਾਂ, ਪਾਣੀ ਦੇ ਇੰਗਲਿਸ਼ ਵਿੱਚ ਆਪਾਂ ਵਾਟਰ ਕਹਿ ਲੈਂਦੇ ਹਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਪਾਣੀ ਦੇ ਕਈ ਨਾਂ ਆਏ ਹੈ। ਇੱਕ ਆਖਿਆ ਗਿਆ ਜਲ, ਦੂਜਾ ਆਖਿਆ ਗਿਆ ਨੀਰ, ਤੀਜਾ ਆਖਿਆ ਗਿਆ ਉਦਕ। ਸਾਰੇ ਸ਼ਬਦ ਪਾਣੀ ਵੀ ਆਇਆ। ਅਤੇ ਪਾਣੀ ਦਾ ਮੇਨ ਕੰਮ ਕੀ ਹੈ ਜੀ? ਪਹਿਲਾਂ ਪਾਣੀ ਜਿਉ ਹੈ, ਜਿੱਤ ਹਰਿਆ ਸਭ ਕੋਏ। ਪਾਣੀ ਦਾ ਕੰਮ ਕੀ ਆ? ਵੀ ਜਦੋਂ ਸਾਡੇ ਅੰਦਰ ਜਾਂਦਾ ਸਾਡੀ ਪਿਆਸ ਬੁਝਾ ਦਿੰਦਾ ਆ, ਜੋ ਮਰਜ਼ੀ ਕਹਿ ਲਓ। ਮੇਨ ਕੰਮ ਤਾਂ ਪਿਆਸ ਬੁਝਾਉਣ ਦਾ ਨਾ, ਪਿਆਸ ਤਾਂ ਸਾਡੀ ਬੁਝਾਉਂਦਾ ਹੀ ਹੈ। ਤੁਸੀਂ ਨਾਂ ਜਿੰਨੇ ਮਰਜ਼ੀ ਦੇ ਲਓ, ਸਾਡੇ ਘਰ ਬਣਾਏ ਆ, ਘਰਾਂ ਦੇ ਜਿੰਨੇ ਮਰਜ਼ੀ ਨਾਂ ਰੱਖ ਲਓ, ਛੱਤ ਉੱਪਰ ਆ, ਪਰ ਮੇਨ ਗੱਲ ਤਾਂ ਇਹ ਆ ਵੀ ਮੀਂਹ ਕਣੀ ਤੋਂ, ਹਨੇਰੀ ਤੋਂ ਸਾਡਾ ਘਰ ਸਾਨੂੰ ਧੁੱਪ ਛਾਂ ਤੋਂ ਬਚਾਉਂਦਾ ਆ। ਨਾਂ ਜਿਹੜਾ ਮਰਜ਼ੀ ਕਹਿ ਲਓ, ਆਪਾਂ ਹੋਮ ਕਹਿ ਲੈਂਦੇ ਹਾਂ, ਘਰ ਕਹਿ ਲੈਂਦੇ ਹਾਂ, ਮਕਾਨ ਕਹਿ ਲੈਂਦੇ, ਕਿੰਨੇ ਨਾਂ ਨੇ। ਜੋ ਮਰਜ਼ੀ ਨਾਂ ਲੈ ਲਈਏ ਅਸੀਂ, ਬਾਬਾ ਰਵਿਦਾਸ ਜੀ ਦਾ ਭਗਤ ਰਵਿਦਾਸ ਕਹਿ ਲਓ, ਗੁਰੂ ਭਗਤ ਰਵਿਦਾਸ ਕਹਿ ਲਓ, ਮਹਾਰਾਜ ਰਵਿਦਾਸ ਕਹਿ ਲਓ, ਸੱਚ ਕੀ ਹੈ? ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਾਂਗੇ ਨਾ, ਅਤੇ ਇਹਨਾਂ ਮਹਾਂਪੁਰਖਾਂ ਦੇ ਨਾਮ ਨਾਲ ਕਿਹੜਾ ਨਾਂ ਲਾਉਣਾ ਸਾਨੂੰ ਸੁੱਝਣਾ ਹੀ ਨਹੀਂ, ਕਿਉਂਕਿ ਇਹ ਬਹੁਤ ਵੱਡੇ ਹੈ, ਬਹੁਤ ਉੱਚੇ ਹੈ। ਗੁਰੂ ਨਾਨਕ ਮਹਾਰਾਜ ਪਾਕਿਸਤਾਨ ਦੀ ਧਰਤੀ 'ਤੇ ਜਾਂਦੇ ਹੈ, ਮੱਕੇ ਜਾਂਦੇ ਆ, ਲੋਕ ਉਹਨਾਂ ਨੂੰ ਪੀਰ ਕਹਿੰਦੇ ਆਪਣੀ ਭਾਸ਼ਾ ਦੇ ਅੰਦਰ। ਚੰਗਾ ਲੱਗਿਆ ਗੁਰੂ ਸਾਹਿਬ ਦਾ ਸ਼ਬਦ, ਉਹਨਾਂ ਦੇ ਵਿਚਾਰ ਚੰਗੇ ਲੱਗੇ, ਉਹਨਾਂ ਨੂੰ ਪੀਰ ਆਖਿਆ, ਕਿਸੇ ਨੇ ਫਕੀਰ ਆਖਿਆ। ਸਾਰਿਆਂ ਨੇ ਆਪੋ ਆਪਣੀ ਭਾਵਨਾ ਨੂੰ ਆਪੋ ਆਪਣੇ ਤਰੀਕੇ ਨਾਲ ਪ੍ਰਗਟ ਕੀਤਾ, ਪਰ ਸਾਰਿਆਂ ਦੇ ਦਿਲਾਂ 'ਚ ਗੁਰੂ ਪ੍ਰਤੀ ਕੀ ਸੀ? ਪਿਆਰ ਸੀ, ਪ੍ਰੇਮ ਸੀ। ਮਾਂ ਕਿੰਨੇ ਨਾਂ ਲੈਂਦੀ ਹੈ ਆਪਣੇ ਬੱਚੇ ਦੇ? ਮੇਰਾ ਸੋਹਣਾ ਪੁੱਤ, ਮੇਰਾ ਮਿੱਠਾ ਪੁੱਤ, ਕਿੰਨੇ ਨਾਂ ਲੈਂਦੀ ਹੈ? ਸ਼ਬਦ ਮੁੱਕ ਜਾਂਦੇ ਨੇ ਮਾਂ ਕੋਲ ਆਪਣੇ ਬੱਚੇ ਦੀ ਸਲਾਹਤਾ ਕਰਦੇ ਹਾਂ, ਮੇਰਾ ਬੀਬਾ ਰਾਣਾ। ਪਰ ਅਸਲੀਅਤ ਕੀ ਹੈ? ਵੀ ਹੈ ਤਾਂ ਉਹਦਾ ਪੁੱਤ ਹੀ ਆ ਨਾ, ਅਤੇ ਉਹ ਆਪਣੇ ਪੁੱਤ ਨੂੰ ਪਿਆਰ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ 'ਚ ਰੱਬ ਦੇ ਕਿੰਨੇ ਨਾਂ ਆਏ ਆ ਜੀ? ਅੱਲਾ, ਮੁਰਾਰੀ, ਮਾਧੋ, ਬੀਠਲ, ਰਾਮ, ਕਿੰਨੇ ਨਾਂ ਆਏ ਆ? ਪਰ ਰਹੇਗਾ ਤਾਂ ਰੱਬ ਹੀ ਨਾ, ਹੈ ਤਾਂ ਪਾਲਣ ਵਾਲਾ ਹੀ ਹੈ ਸਾਨੂੰ, ਹੈ ਤਾਂ ਸਾਡੀ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੀ ਹੈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੱਚ ਕੀ ਹੈ? ਤੁਮ ਦਾਤੇ ਠਾਕਰ ਪ੍ਰਤਪਾਲਕ,
ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਜਵਾਨ ਇੱਕ ਇੱਕ ਜਵਾਨ ਨਾਲ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ ਜਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਹੀਐ ਤੇਰਾ ਅੰਤ ਨਹੀਂ ਪਾ ਸਕਦੇ ਤੂੰ ਬਹੁਤ ਵੱਡਾ ਹੈ ਤੂੰ ਉੱਚਾ ਆ ਤੂੰ ਵਿਸ਼ਾਲ ਹੈ ਤੂੰ ਬੇਅੰਤ ਹੈ ਤੂੰ ਅਪਾਰ ਹੈ ਤਾਂ ਰੱਬ ਨਾ ਇਵੇਂ ਜਿੰਨੇ ਮਰਜ਼ੀ ਭਗਤਾਂ ਦੇ ਗੁਰੂਆਂ ਦੇ ਜਿੰਨੇ ਮਰਜ਼ੀ ਆਪਾਂ ਸਤਿਕਾਰ ਵਜੋਂ ਕੋਈ ਗੁਰੂ ਨਾਨਕ ਸਾਹਿਬ ਕਹਿੰਦਾ ਹੈ ਕੋਈ ਬਾਬਾ ਨਾਨਕ ਕਹਿੰਦਾ ਆਪੋ ਆਪਣੀ ਭਾਵਨਾ ਸਤਿਕਾਰ ਰਾਹੀਂ ਹਰ ਬੰਦਾ ਪ੍ਰਗਟ ਕਰਦਾ ਇਹ ਸਾਡੇ ਜਿਹੜੇ ਦਿਲਾਂ 'ਚ ਵਖਰੇਵੇਂ ਆ ਗਏ ਨਾ ਹਉਮੈ ਆ ਗਏ ਜਿਹੜੇ ਸਾਡੇ ਦਿਲਾਂ ਦੇ ਅੰਦਰ ਉਹਨਾਂ ਨੇ ਸਾਨੂੰ ਬਾਬਾ ਰਵਿਦਾਸ ਜੀ ਤੱਕ ਇਹਨਾਂ ਮਹਾਂਪੁਰਖਾਂ ਤੱਕ ਪਹੁੰਚਣ ਨਹੀਂ ਦਿੱਤਾ ਉਹ ਤਾਂ ਇੱਕ ਮੰਜੀ 'ਤੇ ਬੈਠੇ ਆ ਵਿਚਾਰੇ 35 ਦੇ 35 ਮਹਾਂਪੁਰਖ ਕਿੰਨੀਆਂ ਮੰਜੀਆਂ 'ਤੇ ਬੈਠੇ ਆ ਜੀ ਜਵਾਬ ਨਹੀਂ ਆਇਆ ਜੀ 35 ਦੇ 35 ਮਹਾਂਪੁਰਖ ਕਿੰਨੀਆਂ ਮੰਜੀਆਂ 'ਤੇ ਬੈਠੇ ਆ ਜੀ ਸਿਰਫ ਇੱਕੋ ਮੰਜੀ 'ਤੇ ਬੈਠੇ ਆ ਵੰਡੇ ਕੌਣ ਹੋਏ ਆ ਜੀ ਮਹਾਂਪੁਰਖ ਵੰਡੇ ਹੋਏ ਆ ਕਿ ਅਸੀਂ ਵੰਡੇ ਹੋਏ ਹਾਂ ਅਤੇ ਵੰਡ ਕਿਹੜੀ ਚੀਜ਼ ਪਾਉਂਦੀ ਹੈ ਜੀ ਵਖਰੇਵੇਂ ਕਿਹੜੀ ਭੈਣਾਂ ਬੈਠੀਆਂ ਮੈਂ ਪੁੱਛਦਾ ਹਾਂ ਆਪਸ ਵਿੱਚ ਦੋ ਭਰਾ ਅੱਡ ਕਦੋਂ ਹੁੰਦੇ ਆ ਜੀ ਮੇਨ ਕਾਰਨ ਕੀ ਹੁੰਦਾ ਜੀ ਅੱਡ ਹੋਣ ਦਾ ਵੈਸੇ ਸਾਰਿਆਂ ਨੇ ਅੱਡ ਹੋਣਾ ਹੈ ਸਭ ਤੋਂ ਵੱਡਾ ਕਾਰਨ ਕਿਹੜਾ ਚਲੋ ਇੱਕ ਤਾਂ ਹੋਇਆ ਵੀ ਆਪਾਂ ਨੂੰ ਬਹੁਤ ਚਿਰ ਇਕੱਠੇ ਹੁੰਦਿਆਂ ਹੋਇਆ ਵੀ ਆਪਾਂ ਜ਼ਮੀਨ ਘਰ ਵੰਡ ਕੇ ਆਪੋ ਆਪਣਾ ਰੁਜ਼ਗਾਰ ਚਲਾਈਏ ਅਤੇ ਰੋਟੀ ਖਾਈਏ ਇਹ ਵੀ ਇੱਕ ਕਾਰਨ ਹੈ ਪਰ ਇੱਕ ਕਾਰਨ ਹੋਰ ਵੀ ਹੈਗਾ ਅੱਡ ਹੋਣ ਦਾ ਹਮੇ ਇੱਕ ਭਰਾ ਕਹਿੰਦਾ ਮੈਂ ਸਿਆਣਾ ਦੂਜਾ ਕਹਿੰਦਾ ਮੈਂ ਸਿਆਣਾ ਦੂਜੇ ਦੇ ਘਰ ਵਾਲੀ ਕਹਿੰਦੀ ਆ ਵੀ ਮੇਰੇ ਨਾਲੋਂ ਵਧੀਆ ਕੋਈ ਸਿਆਣੀ ਹੈ ਨਹੀਂ ਅਤੇ ਦੂਜੇ ਦੇ ਘਰ ਵਾਲੀ ਕਹਿੰਦੀ ਆ ਵੀ ਮੇਰੇ ਵਰਗੀ ਗਿਆਨਣ ਦੁਨੀਆ 'ਤੇ ਜੰਮੀ ਕੋਈ ਨਹੀਂ ਯਾਨੀ ਕਿ ਦੋ ਭਰਾ ਇੱਕ ਛੱਤ ਥੱਲੇ ਵੱਖਰੇ ਹੋ ਗਏ ਕਿਹੜੀ ਗੱਲ ਕਰਕੇ ਕੀ ਸੀ ਮਨਾਂ ਦੇ ਅੰਦਰ ਹਉਮੈ ਸੀ ਹਉਮੈ ਨੇ ਵੱਖਰਾ ਕਰਤਾ ਹਉਮੈ ਨਾਵੇਂ ਨਾਲ ਵਿਰੋਧ ਹੈ ਹਉਮੈ ਦਾ ਅਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਜਿਵੇਂ ਅੱਗ ਅਤੇ ਪਾਣੀ ਨੂੰ ਇੱਕ ਜਗ੍ਹਾ 'ਤੇ ਰੱਖ ਸਕਦੇ ਹਾਂ ਹਨੇਰਾ ਅਤੇ ਚਾਨਣ ਇੱਕ ਜਗ੍ਹਾ ਰਹਿ ਸਕਦਾ ਇਵੇਂ ਹੀ ਹਉਮੈ ਅਤੇ ਨਾਮ ਨੂੰ ਇੱਕ ਜਗ੍ਹਾ ਰੱਖਿਆ ਨਹੀਂ ਜਾ ਸਕਦਾ ਸਾਡੇ ਮਨਾਂ 'ਚ ਵੀ ਹਉਮੈ ਹੀ ਹੈ ਇਸੇ ਕਰਕੇ ਇਸ ਹਉਮੈ ਨੇ ਜਦੋਂ ਘਰੇ ਆਈ ਤਾਂ ਘਰ ਖਿਲਾਰਤਾ ਜੇ ਪਿੰਡ ਦੇ ਭਲਾਈ ਦੇ ਕੰਮ ਕਰਨ ਲੱਗੇ ਤਾਂ ਵੀ ਪੜ ਗਏ ਉੱਥੇ ਵੀ ਹਉਮੈ ਆ ਗਏ ਇੱਕ ਧਿਰ ਕਹਿੰਦੀ ਇੱਦਾਂ ਕਰਨਾ ਦੂਜੀ ਧਿਰ ਕਹਿੰਦੀ ਇੱਦਾਂ ਕਰਨਾ ਇਹ ਹਉਮੈ ਜਦੋਂ ਗੁਰੂ ਘਰ ਆ ਗਈ ਨਾ ਧਰਮ ਦੀ ਦੁਨੀਆ 'ਚ ਹਉਮੈ ਆ ਗਈ ਅਤੇ ਧਰਮ ਦੀ ਦੁਨੀਆ 'ਚ ਵੀ ਇਸ ਹਉਮੈ ਨੇ ਸਾਡੇ ਦਿਲਾਂ 'ਚ ਕੀ ਖੜੀਆਂ ਕਰਤੀਆਂ ਦੀਵਾਰਾਂ ਖੜੀਆਂ ਕਰਤੀਆਂ ਸਾਡੇ ਦਿਲਾਂ 'ਚ ਕੰਧਾਂ ਖੜੀਆਂ ਕਰਤੀਆਂ ਵੈਸੇ ਭਾਗਾਂ ਵਾਲਾ ਪਿੰਡ ਆ ਵੀ ਇੱਕ ਗੁਰਦੁਆਰਾ ਇੱਥੇ ਆਮ ਪਿੰਡਾਂ 'ਚ ਜਾਓ ਕਿੰਨੇ ਕਿੰਨੇ ਗੁਰਦੁਆਰੇ ਆ ਜੀ ਅੱਛਾ ਮੈਂ ਪੁੱਛਦਾ ਮਾਵਾਂ ਬੈਠੀਆਂ ਬਜ਼ੁਰਗ ਬੈਠੇ ਆਪਣੇ ਵੱਖਰਾ ਗੁਰਦੁਆਰਾ ਕਦੋਂ ਬਣਾਇਆ ਜਾਂਦਾ ਹੈ ਜੀ ਪਿਆਰ ਨਾਲ ਪਿਆਰ 'ਚੋਂ ਗੁਰਦੁਆਰਾ ਪੈਦਾ ਹੁੰਦਾ ਹੈ ਜੀ ਵੀ ਚਲੋ ਅਸੀਂ ਉੱਧਰ ਮੱਥਾ ਟੇਕਾਂਗੇ ਤੁਸੀਂ ਇੱਧਰ ਵੱਖਰਾ ਗੁਰਦੁਆਰਾ ਕਦੋਂ ਬਣਾਉਂਦੇ ਹਾਂ ਜੀ ਆਪਾਂ ਇੱਕ ਪਿੰਡ 'ਚ 5 ਗੁਰਦੁਆਰੇ ਅਸੀਂ ਹੁਣ ਜਦੋਂ ਪ੍ਰਚਾਰ ਕਰਨ ਜਾਈਦਾ ਨਾ ਅਸੀਂ ਕਹੀਦਾ ਗੁਰਦੁਆਰੇ ਜਾਣਾ ਕਹਿੰਦੇ ਵੱਡੇ ਗੁਰਦੁਆਰੇ ਜਾਣਾ ਹੈ ਗੁਰਦੁਆਰਾ ਤਾਂ ਯਾਰ ਇੱਕੋ ਜਿਹਾ ਹੁੰਦਾ ਜਿੱਥੇ ਗੁਰੂ ਦੀ ਗੱਲ ਹੁੰਦੀ ਉਹ ਤਾਂ ਥਾਂ ਵੱਡਾ ਹੀ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ ਵੀ ਗੁਰੂ ਦਾ ਪ੍ਰਕਾਸ਼ ਤਾਂ ਇੱਕ ਛੋਟੇ ਜਿਹੇ ਕਮਰੇ 'ਚ ਵੀ ਹੋਵੇ ਵੱਜਣਾ ਤਾਂ ਉਹ ਵੀ ਗੁਰਦੁਆਰਾ ਹੀ ਹੈ ਜਿੱਥੇ ਗੁਰਬਾਣੀ ਗਾਈ ਜਾਂਦੀ ਹੈ ਗ੍ਰੰਥੀ ਸਿੰਘ ਗੁਰਬਾਣੀ ਦਾ ਪਾਠ ਕਰਦਾ ਚੌਰ ਹੁੰਦੀ ਹੈ ਪੀੜ੍ਹੇ 'ਤੇ ਪ੍ਰਕਾਸ਼ ਹੈ ਗੁਰਦੁਆਰਾ ਹੀ ਹੈ ਕਹਿਣਗੇ ਜੀ ਮਜ਼੍ਹਬੀ ਸਿੱਖਾਂ ਦੇ ਗੁਰਦੁਆਰੇ ਜਾਣਾ ਕਿ ਜੱਟਾਂ ਦੇ ਗੁਰਦੁਆਰੇ ਜਾਣਾ ਛੀਂਬਿਆਂ ਦੇ ਜਾਣਾ ਕਿ ਕਿਹਨਾਂ ਦੇ ਜਾਣਾ ਵੀ ਯਾਨੀ ਕਿ ਰੱਬ ਦਾ ਨਾਮ ਵੀ ਬੰਦਾ ਇੱਕ ਜਗ੍ਹਾ 'ਤੇ ਬੈਠ ਕੇ ਲੈਣ ਨੂੰ ਤਿਆਰ ਨਹੀਂ ਹੈਗਾ ਅੱਛਾ ਕਿਹੜੇ ਰੱਬ ਦੀ ਆਰਾਧਨਾ ਕਰਦੇ ਹਾਂ ਜੀ ਆਪਾਂ ਦੱਸੋ ਜੀ ਰੱਬ ਰਹਿੰਦਾ ਕਿੱਥੇ ਆ ਜੀ ਆਪਾਂ ਤੁਹਾਨੂੰ ਸਰੀਰ ਤੁਸੀਂ ਰੋਜ਼ ਗੁਰਦੁਆਰੇ ਆਉਣ ਵਾਲੇ ਹੋਵੋਗੇ ਪੁੱਛਦੇ ਵੀ ਰੱਬ ਕਿੱਥੇ ਰਹਿੰਦਾ ਜੀ ਆਪਾਂ ਬਾਣੀ ਤੋਂ ਪੁੱਛ ਲੈਂਦੇ ਰੱਬ ਕਿੱਥੇ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ
ਰੱਬ ਰਹਿੰਦਾ ਖਲਕਤ ਵਿੱਚ। ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਗਾ ਵਿੱਚ ਵਾਸ। ਰੱਬ ਤਾਂ ਦੁਨੀਆ 'ਚ ਰਹਿੰਦਾ, ਰੱਬ ਤਾਂ ਸੰਸਾਰ 'ਚ ਰਹਿੰਦਾ, ਰੱਬ ਤਾਂ ਪੂਰੇ ਦੁਨੀਆ 'ਚ ਸਮਾਇਆ ਹੋਇਆ। ਅਸੀਂ ਕੀ ਕੀਤਾ ਜੀ? ਅਸੀਂ ਉਸ ਰੱਬ ਨੂੰ ਕਿੱਥੇ ਆ ਕੇ ਰਾਧਿਆ, ਇੱਕ ਵੱਖਰਾ ਬਣਾਇਆ ਗੁਰਦੁਆਰਾ, ਉੱਥੇ ਆ ਕੇ ਰੱਬ ਨੂੰ ਯਾਦ ਕੀਤਾ, ਮਿਲ ਜਾਏਗਾ ਉੱਥੇ? ਉਹ ਰੱਬ ਤਾਂ ਪੂਰੇ ਪਿੰਡ ਵਿੱਚ ਹੈ। ਬਹੁਤੇ ਗੁਰਦੁਆਰੇ ਸਾਡੀ ਹਉਮੈ 'ਚੋਂ ਪੈਦਾ ਹੋਏ ਹੈ, ਸਾਡੇ ਹੰਕਾਰ 'ਚੋਂ ਪੈਦਾ ਹੋਏ ਹੈ, ਸਾਡੀ ਲਾਲਸਾ 'ਚੋਂ ਪੈਦਾ ਹੋਏ ਆ। ਧਰਮ ਦੀ ਦੁਨੀਆ 'ਚ ਜਦੋਂ ਹਉਮੈ ਆਈ, ਉਹਨੇ ਖਲਾਰਾ ਪਾਇਆ, ਉਹਨੇ ਸਾਡੇ 'ਚ ਵਖਰੇਵੇਂ ਖੜ੍ਹੇ ਕੀਤੇ। ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਜਿਹੜੇ ਹੁੰਦੇ ਨੇ, ਰੱਬ ਦੇ ਮੁਰੀਦ ਹੁੰਦੇ ਨੇ, ਜਿਹੜੇ ਰੱਬ ਨੂੰ ਯਾਦ ਕਰਦੇ ਨੇ, ਰੱਬ ਦਾ ਨਾਂ ਲੈਂਦੇ ਨੇ, ਉਹ ਪੂਰੀ ਦੁਨੀਆ ਲਈ ਸਾਂਝੇ ਹੁੰਦੇ ਨੇ। ਉਹਨਾਂ ਦਾ ਹਰੇਕ ਕੰਮ, ਉਹਨਾਂ ਦੀ ਬਾਣੀ, ਉਹਨਾਂ ਦਾ ਜੀਵਨ ਪੂਰੀ ਦੁਨੀਆ ਨੂੰ ਸਮਰਪਿਤ ਹੁੰਦਾ। ਔਰ ਇਹ ਸਾਰੇ ਭਰਮ ਸਾਡੇ 'ਚ ਇਸ ਲਈ ਵੀ ਪਏ ਹੈ ਕਿਉਂਕਿ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਪਾਠ ਨਹੀਂ ਕਰਦੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਪਾਠ ਕੀਤਾ ਹੁੰਦਾ ਨਾ, ਤਾਂ ਸ਼ਾਇਦ ਜਿਹੜੀਆਂ ਅੱਜ ਵੰਡੀਆਂ ਪਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਵੱਖਰਾ ਬਾਣੀ ਦਾ ਗ੍ਰੰਥ ਬਣਾ ਲਿਆ ਗਿਆ, ਪੋਥੀ ਬਣਾ ਲਈ ਗਈ, ਵੱਖਰੇ ਮਹੱਲ ਤਿਆਰ ਕਰ ਲਏ ਗਏ, ਇਹ ਵਖਰੇਵੇਂ ਸਾਡੇ ਦਿਲਾਂ 'ਚ ਪੈਣੇ ਨਹੀਂ ਸੀ। ਇਸ ਵਖਰੇਵੇਂ ਦਾ ਮੇਨ ਕਾਰਨ ਕਿਹੜਾ ਹੈਗਾ? ਜਾਤ ਪਾਤ ਦਾ ਹੰਕਾਰ। ਅਤੇ ਬਾਣੀ ਜਾਤ ਪਾਤ ਬਾਰੇ ਕੀ ਕਹਿੰਦੀ ਹੈ? ਬਾਣੀ ਕੀ ਕਹਿੰਦੀ ਜਾਤ ਪਾਤ ਬਾਰੇ? ਸਿੱਖ ਨੇ ਸਭ ਕੁਝ ਕਿਹਤੋਂ ਪੁੱਛਣਾ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ। ਜਾਤ ਪਾਤ ਬਾਰੇ ਗੁਰਬਾਣੀ ਕਹਿੰਦੀ ਹੈ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਮਾਂ ਦੇ ਗਰਭ ਦੇ ਅੰਦਰ ਸਭ ਉਤਪਾਤੀ, ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਬਾਬਾ ਕਬੀਰ ਜੀ ਕਹਿੰਦੇ, ਵੱਡਿਆ ਪੁਜਾਰੀਆ, ਆਪਣੇ ਆਪ ਨੂੰ ਵੱਡਾ ਕੌਣ ਵਾਲਿਆ, ਤੂੰ ਆਪਣੇ ਆਪ ਨੂੰ ਵੱਡਾ ਸਮਝਦਾ, ਉੱਚਾ ਸਮਝਦਾ, ਸਿਆਣਾ ਸਮਝਦਾ, ਤੇਰੇ ਇਸ ਉੱਚੇਪਣ ਦੇ ਹੰਕਾਰ ਨੇ, ਤੇਰੀ ਇਸ ਚੌਧਰ ਦੇ ਹੰਕਾਰ ਨੇ, ਤੇਰੇ ਜਾਤ ਦੇ ਗੁਮਾਨ ਨੇ ਤੈਨੂੰ ਰੱਬ ਦੇ ਦੀਦਾਰ ਹੋਣ ਨਹੀਂ ਦੇਣੇ। ਰੱਬ ਨਹੀਂ ਵੇਖ ਸਕਦਾ ਤੂੰ, ਹਰ ਵੇਲੇ ਗੁਮਾਨ ਹੰਕਾਰ ਤੇਰੇ ਸਿਰ ਨੂੰ ਚੜਿਆ ਹੋਇਆ। ਅਗਲੀ ਗੱਲ ਬਾਬਾ ਕਬੀਰ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋਂ ਆਨ ਬਾਟ ਕਾਹੇ ਨਹੀਂ ਆਇਆ। ਵੀ ਜੇ ਤੂੰ ਵੱਡਾ ਆ, ਜੇ ਤੂੰ ਸਿਆਣਾ ਆ, ਉੱਚਾ ਆ ਸਾਡੇ ਨਾਲੋਂ, ਪਹਿਲਾਂ ਇਹ ਦੱਸ ਵੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਅਸੀਂ ਲਿਆ, ਮਾਂ ਦੀ ਕੁੱਖ 'ਚੋਂ ਤੂੰ ਲਿਆ, ਕਿ ਰੱਬ ਨੇ ਤੈਨੂੰ ਕੋਈ ਵੱਖਰੇ ਰਸਤੇ ਥਾਣੀ ਦੀ ਭੇਜਿਆ? ਤੂੰ ਕਿਹੜੇ ਕੰਮਾਂ 'ਚ ਵੱਡਾ ਹੋ ਗਿਆ? ਅੱਗੇ ਜਾ ਕੇ ਪਤਾ ਕੀ ਕਹਿੰਦੇ? ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੂੰ ਕਿਵੇਂ ਵੱਡਾ ਬ੍ਰਾਹਮਣ ਆ ਅਤੇ ਅਸੀਂ ਸ਼ੂਦਰ ਕਿਵੇਂ ਆ? ਹਮ ਕਤ ਲੋਹੂ ਤੁਮ ਕਤ ਦੂਧ, ਸਾਡੇ 'ਚ ਲਹੂ ਆ ਅਤੇ ਤੇਰੇ 'ਚ ਦੁੱਧ ਹੈ। ਜੇ ਤੇਰੇ 'ਚ ਦੁੱਧ ਹੈ, ਜੇ ਤੂੰ ਮਾਂ ਦੇ ਗਰਭ ਦੇ ਵਿੱਚੋਂ ਜਨਮ ਨਹੀਂ ਲਿਆ, ਅਸੀਂ ਸਮਝਾਂਗੇ ਇਹ ਕਸੂਰ ਰੱਬ ਦਾ ਆ, ਤੇਰਾ ਨਹੀਂ ਹੈਗਾ। ਜਿਸ ਮਾਂ ਦੇ ਗਰਭ 'ਚੋਂ ਅਸੀਂ ਜਨਮ ਲਿਆ, ਉਸੇ 'ਚੋਂ ਤੂੰ ਲਿਆ, ਸਾਡੇ 'ਚ ਵੀ ਲਹੂ ਆ ਅਤੇ ਤੇਰੇ 'ਚ ਲਹੂ ਆ, ਫਿਰ ਤੂੰ ਵੱਡਾ ਕਾਹਦਾ ਬਈ? ਕਹਿ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੈ। ਬਾਬਾ ਕਬੀਰ ਜੀ ਕਹਿੰਦੇ, ਜਿਹੜਾ ਬੰਦਾ ਰੱਬ ਨੂੰ ਯਾਦ ਕਰਦਾ, ਉਹ ਸਾਡੇ ਲਈ ਵੱਡਾ ਆ, ਉਹ ਸਾਡੇ ਲਈ ਉੱਚਾ ਆ। ਕਿੰਨਾ ਹੰਕਾਰ ਤੋੜਿਆ ਗੁਰਬਾਣੀ ਨੇ ਸਾਡਾ ਜਾਤ ਪਾਤ ਪ੍ਰਤੀ। ਜਾਤਾਂ ਪਾਤਾਂ 'ਚੋਂ ਗੁਰਦੁਆਰੇ ਨਿਕਲੇ ਹੈ, ਜਾਤਾਂ ਪਾਤਾਂ ਕਰਕੇ ਅਸੀਂ ਭਗਤ ਵੰਡੇ, ਮਰੀਦ ਵੰਡੇ, ਸ਼ਹੀਦ ਵੰਡੇ, ਮਹਾਂਪੁਰਖ ਵੰਡੇ ਆ। ਅਤੇ ਜਾਤਾਂ ਪਾਤਾਂ ਬਾਰੇ ਗੁਰਬਾਣੀ ਕੀ ਕਹਿੰਦੀ ਹੈ? ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ 'ਤੇ ਚੱਲੈ ਬਹੁਤ ਵਕਾਰਾ। ਜਾਤ ਦਾ ਹੰਕਾਰ ਨਾ ਕਰ, ਇਹਦੇ 'ਚੋਂ ਹੰਕਾਰ ਪੈਦਾ ਹੁੰਦਾ, ਇਹਦੇ 'ਚੋਂ ਹਉਮੈ ਪੈਦਾ ਹੁੰਦੀ ਹੈ, ਇਹ ਕਹਿੰਦੀ ਗੁਰਬਾਣੀ। ਇੱਕ ਜਗ੍ਹਾ 'ਤੇ ਸਤਿਗੁਰ ਕਹਿੰਦੇ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੇ। ਬੰਦੇ ਦੀ ਜਾਤ ਨਾ ਵੇਖੋ, ਉਹਦੇ ਅੰਦਰਲੀ ਜੋਤ ਵੇਖੋ, ਕੰਮ ਵੇਖੋ, ਜਾਤ ਨਾ ਵੇਖੋ। ਅਸੀਂ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਂਦੇ ਹਾਂ ਜੀ,
ਚਲੋ ਜਿਹੜੇ ਸਰੀਰ ਨਹੀਂ ਆਉਂਦੇ ਉਹ ਕਿਸੇ ਨਾ ਕਿਸੇ ਜ਼ਰੀਏ ਰਹਿਰਾਸ ਦਾ ਪਾਠ ਸੁਣਦੇ ਹੋਣੇ ਆ। ਰਹਿਰਾਸ ਦਾ ਪਾਠ ਸੋਦਰ ਦੇ ਪਾਠ ਵਿੱਚ ਇੱਕ ਪੰਗਤੀ ਆਉਂਦੀ ਹੈ ਜੀ, ਤੁਹਾਨੂੰ ਸਾਰਿਆਂ ਨੂੰ ਕੰਠੀ ਹੋਣੀ ਹੈ ਅਤੇ ਅਰਥ ਮੈਂ ਦੱਸ ਦੇਣੇ ਤੁਹਾਨੂੰ। ਅਰਥ ਸ਼ਾਇਦ ਪਤਾ ਹੋਵੇ ਬਹੁਤ ਸਰੀਰਾਂ ਨੂੰ, ਜ਼ਰੂਰੀ ਨਹੀਂ ਵੀ ਸਾਰਿਆਂ ਨੂੰ ਨਾ ਪਤਾ ਹੋਣ। ਬਹੁਤ ਸਰੀਰ ਅਰਥ ਵੀ ਪੜ੍ਹਦੇ ਆ, ਬਾਣੀ ਵੀ ਪੜ੍ਹਦੇ, ਸਾਡੇ ਨਾਲੋਂ ਵੱਧ ਹੀ ਗਿਆਨ ਰੱਖਦੇ ਹੋਣੇ ਆ। ਗੁਰੂ ਸਾਹਿਬ ਕਹਿੰਦੇ ਵੈਸੇ ਨਾ ਬੰਦਾ ਨੀਵਾਂ ਹੁੰਦਾ, ਨੀਵੀਂ ਜਾਤ ਤੋਂ ਹੁੰਦੀ ਹੈ, ਪਰ ਕਿਹਦੀ? ਇੱਕ ਤਾਂ ਸਾਡੀਆਂ ਬਣਾਈਆਂ ਵੀ ਫਲਾਨੇ ਦੀ ਨੀਵੀਂ ਜਾਤ, ਫਲਾਨਾ ਛੋਟਾ। ਗੁਰੂ ਸਾਹਿਬ ਕਹਿੰਦੇ ਨੀਵੀਂ ਜਾਤ ਹੁੰਦੀ ਹੈ, ਨੀਵਾਂ ਕੌਣ? ਖਸਮ ਵਸਾਰੇ, ਅੱਗੇ ਕੀ ਹੈ ਜੀ? ਖਸਮ ਵਸਾਰੇ ਅੱਗੇ ਜੀ, ਅਤੇ ਕਮਜ਼ਾਤ, ਉਹ ਮਾੜੀ ਜਾਤ ਵਾਲੇ ਆ ਜਿਹਨਾਂ ਨੂੰ ਰੱਬ ਭੁੱਲ ਗਿਆ, ਉਹ ਮਾੜੀ ਜਾਤ ਵਾਲੇ ਹੈ। ਸਭ ਤੋਂ ਮਾੜੀ ਜਾਤ ਉਹਨਾਂ ਦੀ ਜਿਹਨਾਂ ਦੇ ਰੱਬ ਯਾਦ ਨਹੀਂ ਹੈਗਾ। ਜੇ ਰੱਬ ਯਾਦ ਹੈ, ਵੱਡੇ ਵੱਡੇ ਜੋ ਦਿਸੈ ਲੋਕ, ਤੈਨੂੰ ਕਹੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਹਨੇ ਰਾਮ ਲਿਵਲਾਈ। ਜਿਹਨੇ ਰੱਬ ਨਾਲ ਚਿੱਤ ਜੋੜ ਲਿਆ ਉਹ ਵੱਡਾ ਆ, ਜਿਹਦੀ ਰੱਬ ਨਾਲ ਸਾਂਝ ਬਣੀ ਉਹ ਵੱਡਾ। ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੇ। ਸਿੱਖ ਦੀ ਜਾਤ ਪਾਤ ਕੀ ਹੈ? ਉਹਦਾ ਸਤਿਗੁਰੂ ਉਹਦੀ ਜਾਤ ਆ ਅਤੇ ਸਤਿਗੁਰੂ ਹੀ ਉਹਦੀ ਪਾਤ ਹੈ। ਸਾਡਾ ਸਭ ਕੁਝ ਇਹੀ ਹੈ, ਸਾਰਾ ਕੁਝ ਸਾਡਾ ਗੁਰੂ ਆ। ਨਹੀਂ ਤਾਂ ਵੇਖ ਲਓ ਜੇ ਇਹਦੇ 'ਚ ਫਸੇ ਰਹੇ ਤਾਂ ਬਾਬੇ ਰਵਿਦਾਸ ਜੀ ਦੀ ਉਹ ਗੱਲ ਸੱਚੀ ਹੋ ਜਾਣੀ ਵੀ ਖੂਹ ਦਾ ਡੱਡੂ ਦਰਿਆ ਨੂੰ ਸਮਝ ਨਹੀਂ ਸਕਦਾ, ਸੀਮਤ ਹੈ ਨਾ, ਸੀਮਤ ਆ ਜਿਹੜਾ ਖੂਹ ਦਾ ਡੱਡੂ, ਉਹ ਨਹੀਂ ਜਾਣ ਸਕਦਾ ਵੀ ਰੱਬ ਕਿੱਦਾਂ ਦਾ, ਗੁਰੂ ਕਿੱਦਾਂ ਦਾ, ਉਹਦੀ ਉੱਥੋਂ ਤੱਕ ਵਿਚਾਰੇ ਦੀ ਪਹੁੰਚ ਨਹੀਂ ਬਣਦੀ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਬਾਬਾ ਰਵਿਦਾਸ ਜੀ ਰੱਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਰੱਬਾ, ਕਦੇ ਇੱਕ ਪਲ ਲਈ ਸਾਨੂੰ ਆਪਣਾ ਆਪ ਵਿਖਾ ਦੇ। ਕਿੰਨੀ ਖਿੱਚ ਹੈ ਬਾਬਾ ਰਵਿਦਾਸ ਜੀ ਦੀ ਰੱਬ ਵੇਖਣ ਨੂੰ, ਕਿੰਨਾ ਮਨ ਕਰਦਾ ਹੋਣਾ। ਰੱਬਾ ਕਦੇ ਇੱਕ ਛਿਨ ਸਾਨੂੰ ਮਿਲ ਜਾਏ, ਤੂੰ ਇੱਕ ਛਿਨ ਮਿਲ ਜਾਏ। ਫਿਰ ਆਪਣੀ ਬਾਣੀ 'ਚ ਆਪ ਜਵਾਬ ਦਿੰਦੇ, ਕਹਿੰਦੇ ਮਿਲਦਾ ਪਤਾ ਕਿਉਂ ਨਹੀਂ? ਇੱਕ ਤਾਂ ਜਾਤ ਪਾਤ ਦਾ ਹੰਕਾਰ ਹੋ ਗਿਆ, ਦੂਜਾ ਕਾਰਨ ਕੀ ਹੈ ਵੀ ਉਹ ਸਾਡੇ ਨੇੜ ਨਹੀਂ ਆਉਂਦਾ, ਅਸੀਂ ਉਹਦੇ ਕੋਲ ਨਹੀਂ ਜਾਂਦੇ, ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ। ਦੂਜਾ ਕਾਰਨ ਕਿਹੜਾ? ਆਪਾਂ ਬਾਬਾ ਰਵਿਦਾਸ ਜੀ ਦਾ ਹੀ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗੇ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਦਾ ਦਿਨ ਲੰਘ ਕੇ ਗਿਆ। ਕਹਿਣ ਲੱਗੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰੀ ਸੰਗਤ ਪੋਚ, ਮੇਰੀ ਸੰਗਤ ਬਹੁਤ ਗਲਤ ਬੰਦਿਆਂ ਨਾਲ ਹੈ, ਸੋਚ ਦਿਨ ਰਾਤੀ। ਅਤੇ ਮੈਂ ਹਰ ਵੇਲੇ ਬੜਾ ਮੰਦਾ ਸੋਚਦਾ, ਗਲਤ ਸੋਚਦਾ। ਅਸੀਂ ਘਰਾਂ 'ਚ ਵੀ ਬੈਠੇ ਹੁੰਦੇ, ਸਾਡੇ ਦਿਮਾਗਾਂ 'ਚ ਬਹੁਤੀਆਂ ਗੱਲਾਂ ਕਿਹੜੀਆਂ ਚੱਲਦੀਆਂ ਹੁੰਦੀਆਂ ਜੀ? ਫਲਾਨੇ ਨੇ ਕੋਠੀ ਪਾਲੀ, ਫਲਾਨੇ ਦਾ ਮੁੰਡਾ ਸੈੱਟ ਹੋ ਗਿਆ, ਫਲਾਨੇ ਨੇ 2 ਕਿੱਲੇ ਜ਼ਮੀਨ ਦੇ ਲੈ ਲਏ। ਆਹ ਚੱਲੀ ਜਾਂਦਾ ਬੰਦੇ ਦੇ ਸਾਰਾ ਦਿਨ ਘਰ ਬੈਠੇ ਦੇ। ਫਲਾਨਾ ਨਵੀਂ ਗੱਡੀ ਲਿਆਇਆ, ਹੁਣ ਆਪਣੇ ਕੋਲ ਪੁਰਾਣੀ ਹੈ। ਫਲਾਨੇ ਨੇ 20 ਲੱਖ ਲਾਇਆ ਕੁੜੀ ਦੇ ਵਿਆਹ 'ਤੇ, ਸਾਡੇ ਕੋਲ 5 ਵੀ ਹੈ ਨਹੀਂ। ਐਂ ਝੁਰੀ ਜਾਂਦੇ ਬੰਦੇ ਘਰ ਬੈਠੇ ਸਾਰਾ ਦਿਨ। ਕਦੇ ਐਂ ਬੈਠ ਕੇ ਸੋਚਿਆ ਘਰਾਂ ਦੇ ਅੰਦਰ ਵੀ ਸਾਡੀ ਜਵਾਨੀ ਦਾ ਕੀ ਹਾਲ ਹੈ, ਸਾਡੇ ਪੰਜਾਬ ਦਾ ਕੀ ਹਾਲ ਹੈ? ਜਿਹੜਾ ਬਾਪੂ 4 ਪੁੱਤ ਵਾਰ ਗਿਆ ਸੀ, ਉਹ ਤੋਂ ਕਿੰਨੇ ਦੂਰ ਹੋ ਗਏ, ਸੋਚਿਆ ਕਦੇ ਘਰ ਬਹਿ ਕੇ? ਜਿਹੜਾ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ ਸੀ, ਗੁਰਾਂ ਦੇ ਨਾਂ 'ਤੇ ਜਿਉਂਦਾ ਸੀ, ਜਿਹੜਾ ਪੰਜਾਬ, ਉਹ ਪੰਜਾਬ ਕਾਹਦੇ ਸਿਰ 'ਤੇ ਜਿਉਂਦਾ? ਅੱਜ ਸ਼ਰਾਬ ਦੇ ਸਿਰ 'ਤੇ ਜਿਉਂਦਾ। ਸ਼ਰਾਬ ਪੀਤੀ ਬਿਨਾਂ ਉਸ ਪੰਜਾਬ ਦੀ ਅੱਧੇ ਉੱਤੇ ਜਾਦੋ ਤੋਂ ਅੱਖ ਨਹੀਂ ਖੁੱਲਦੀ। ਉਹ ਨਸ਼ਿਆਂ 'ਤੇ ਜਿਉਂਦਾ ਅੱਜ, ਉਹ ਪੰਜਾਬ 'ਚ ਸਾਹ ਸੱਤ ਅੱਜ ਡੀਜਿਆਂ ਨੇ ਪਾਏ ਹੋਏ ਹੈ। ਨੱਚਣ ਗਾਉਣ ਅਤੇ ਸ਼ਰਾਬ ਤੋਂ ਬਿਨਾਂ ਪੰਜਾਬ ਨੂੰ ਕੋਈ ਦੂਜੀ ਗੱਲ ਚੇਤੇ ਨਹੀਂ ਆਉਂਦੀ। ਕਦੇ ਇਹ ਚੱਲੀਆਂ ਵਿਚਾਰਾਂ ਨਹੀਂ, ਭੈਣੇ ਫਲਾਨੇ ਦਾ ਪੁੱਤ ਨਸ਼ਾ ਲੱਗ ਗਿਆ, ਆਪਾਂ ਕੋਈ ਕਰੀਏ ਪਰਾਲਾ ਪਿੰਡ ਵਿੱਚ? ਕਦੇ ਆਈ ਗੱਲ?
ਨਹੀਂ ਭੈਣੇ, ਫਲਾਣੇ ਦੀ ਕੁੜੀ ਵਿਚਾਰਿਆਂ ਦੀ ਜਵਾਨ ਹੋ ਗਈ ਹੈ ਅਤੇ ਬੰਦਾ ਦਿਹਾੜੀ ਕਰਦਾ, ਕੋਈ ਪੈਸੇ ਹੋਣੇ ਥੋੜ੍ਹਾ ਉਹਨਾਂ ਕੋਲ ਵੀ ਚੱਲ ਆਪਾਂ ਥੋੜ੍ਹਾ ਥੋੜ੍ਹਾ ਹੰਬਲਾ ਮਾਰੀਏ, ਉਹਨਾਂ ਦੀ ਧੀ ਵਿਚਾਰਿਆਂ ਦੀ ਵਿਆਹੀ ਜਾਵੇ, ਚੱਲੀ ਗੱਲ ਘਰੇ ਇੱਦਾਂ ਦੀ? ਹੋਰ ਰੱਬ ਕਿੱਥੇ ਰਹਿੰਦਾ ਮਾਂ ਮੇਰੀ, ਉਹ ਦੱਸਿਓ। ਇੱਥੇ ਤਾਂ ਪੜ੍ਹਦੇ ਆਪਾਂ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਪੜ੍ਹਨਾ ਹੀ ਹੈਗਾ, ਸਿੱਖ ਨੇ ਕਰਨਾ ਵੀ ਆ ਜੀ। ਬਹੁਤੇ ਬੰਦੇ ਸਾਡੇ ਖਾਲਸਾ ਪੰਥ 'ਚੋਂ ਕਿਉਂ ਬਾਗੀ ਹੋ ਗਏ ਜੀ? ਭਾਂਡੇ ਵੰਡਤੇ ਆਪਾਂ ਉਹਨਾਂ ਦੇ, ਜਾਂ ਗੁਰਦੁਆਰਿਆਂ 'ਚੋਂ ਧੱਕੇ ਦੇ ਕੇ ਬਾਹਰ ਕੱਢ ਦਿੱਤੇ, ਇਸੇ ਕਰਕੇ ਹੋਇਆ। ਕੁਝ ਉਹਨਾਂ ਦੀਆਂ ਨਲਾਇਕੀਆਂ ਨੇ, ਕੁਝ ਸਾਡੀਆਂ ਨਲਾਇਕੀਆਂ ਨੇ। ਹਉਮੈ ਦੋਨੇ ਤਰ੍ਹਾਂ ਦੇ ਅੰਦਰ ਹੈ, ਹੰਕਾਰ ਦੋਨੇ ਤਰ੍ਹਾਂ ਦੇ ਅੰਦਰ ਹੈ। ਜੇ ਅਸੀਂ ਸੋਚਦੇ ਵੀ ਫਲਾਣਿਆਂ ਦਾ ਘਰ ਟੁੱਟਿਆ ਹੋਇਆ, ਸਿਆਲ ਦਾ ਮਹੀਨਾ। ਇੱਕ ਭੈਣ ਨੇ ਮੈਨੂੰ ਤਸਵੀਰਾਂ ਭੇਜੀਆਂ, ਮੋਗੇ ਏਰੀਏ ਦਾ ਪਿੰਡ ਹੈ। ਮੈਂ ਪਿੰਡ ਦਾ ਨਾਂ ਨਹੀਂ ਲੈਣਾ, ਕਿਉਂਕਿ ਸਾਰੇ ਪਿੰਡ 'ਚ ਨਾ ਤਾਂ ਸਾਰੇ ਬੰਦੇ ਸਿਆਣੇ ਹੁੰਦੇ ਆ ਅਤੇ ਨਾ ਹੀ ਸਾਰੇ ਬੰਦੇ ਕਮਲੇ ਹੁੰਦੇ ਆ। ਕਿਉਂਕਿ ਜਦੋਂ ਆਪਾਂ ਇੱਕ ਪਾਸੜ ਜੀ ਗੱਲ ਕਰ ਦਿੰਦੇ ਹਾਂ ਨਾ, ਤਾਂ ਬਹੁਤੇ ਮਨਾਂ ਨੂੰ ਠੇਸ ਲੱਗਦੀ ਵਿਚਾਰਿਆਂ ਨੂੰ ਵੀ ਅਸੀਂ ਇੱਦਾਂ ਦੇ ਹੈ ਨਹੀਂ, ਪਰ ਪ੍ਰਚਾਰਕ ਨੇ ਸਾਡੇ ਬਾਰੇ ਇੱਦਾਂ ਬੋਲਿਆ। ਮੈਂ ਪਿੰਡ ਦਾ ਨਾਂ ਨਹੀਂ ਲੈਣਾ। ਪਰਸੋਂ ਚੌਥੇ ਮੈਨੂੰ ਇੱਕ ਭੈਣ ਨੇ ਤਸਵੀਰਾਂ ਭੇਜੀਆਂ। ਬੱਸ ਅੱਡਾ ਹੁੰਦਾ ਨਾ ਆਪਣੇ ਪਿੰਡਾਂ ਦੇ ਅੰਦਰ, ਬੱਸ ਅੱਡੇ ਬਣੇ ਆ, ਅਤੇ ਉਹ ਦੋਨੇ ਜੀ ਵਿਚਾਰੇ ਸੜਕ ਦੇ ਕਿਨਾਰੇ ਸੌਂਦਿਆਂ 3 ਸਾਲ ਹੋ ਗਏ, ਕੰਬਲ ਲੈ ਲੈਂਦੇ। ਆਹ ਠੰਡ ਵੇਖ ਲਓ, ਮੇਰੇ ਹਿਸਾਬ ਨਾਲ ਵੀ ਪਿੰਡ ਦੀ ਵੋਟ ਘੱਟ ਤੋਂ ਘੱਟ 10,000 ਤੋਂ ਉੱਪਰ ਹੋਣੀ ਹੈ। 10,000 ਤੋਂ ਪਿੰਡ ਵੋਟ, ਜੇ ਘਰ ਦਾ ਇੱਕ ਇੱਕ ਜੀਰ ਇੱਕ ਇੱਕ ਰੁਪਈਆ ਪਾਵੇ 10,000 ਬਣ ਜਾਣਾ, 2,000 ਪਾਉਣ ਅਤੇ 20,000 ਬਣ ਜਾਣਾ, 3,000 ਪਾਉਣ ਅਤੇ 30 ਰੁਪਈਏ ਬਣ ਜਾਣੇ ਹੈ, ਜੇ 5-5 ਰੁਪਈਏ ਵੀ ਪਾਉਣ ਅਤੇ 50,000 ਤੋਂ ਉੱਪਰ ਰੁਪਈਆ, ਜੇ 10-10 ਪਾਉਣ ਅਤੇ 1,00,000, ਜੇ 20-20 ਪਾਉਣ ਤਾਂ 2,00,000 ਰੁਪਈਆ ਬਣ ਜਾਣਾ। ਯਾਨੀ ਕਿ 50-50 ਰੁਪਈਆ ਦਈਏ ਅਤੇ ਕੋਠੀ ਪਾ ਸਕਦੇ ਉਹਨਾਂ ਦੀ। ਦੋਨੇ ਜੀ ਵਿਚਾਰੇ ਬਜ਼ੁਰਗ ਮੈਨੂੰ ਕੱਲ੍ਹ ਤਸਵੀਰਾਂ ਭੇਜੀਆਂ, ਕਹਿੰਦੀ ਵੀਰ ਕਰੋ ਕੁਝ। ਮੈਂ ਕਿਹਾ ਠੀਕ ਹੈ, ਸੁਹਿਰਦ ਵੀਰ ਜਿਹੜੇ ਬਾਹਰ ਬੈਠੇ ਉਹਨਾਂ ਨਾਲ ਗੱਲ ਕਰ ਲਾਂਗੇ। ਕਹਿੰਦੀ ਅੱਜ 4th ਮਹੀਨਾ ਲੱਗ ਗਿਆ ਇਹਨਾਂ ਕੋਲ, ਕੰਬਲ ਵੀ ਚੱਜਦਾ ਨਹੀਂ ਹੈਗਾ ਵਿਚਾਰਿਆਂ ਕੋਲ, ਅਤੇ ਇਹੋ ਜਿਹੀ ਠੰਡ 'ਚ ਬਾਹਰ ਬੈਠੇ ਆ। ਅਤੇ ਇਹ ਵੇਖ ਲਓ ਵੀ ਫਿਰ ਸਾਡੇ ਪੈਸੇ ਜਾ ਕਿੱਧਰ ਰਹੇ ਆ? ਸੋਚੋ, ਜਾ ਕਿੱਧਰ ਰਹੇ ਆ ਪੈਸੇ ਫਿਰ ਸਾਡੇ? ਜਾਂ ਤਾਂ ਗਾਉਣ ਵਾਲੇ ਲੈ ਗਏ, ਜਾਂ ਪਖੰਡੀ ਲੋਕ ਲੈ ਗਏ, ਸਹੀ ਜਗ੍ਹਾ 'ਤੇ ਸਿੱਖ ਦਾ ਪੈਸਾ ਤਾਂ ਨਹੀਂ ਨਾ ਗਿਆ? ਕਿੰਨਿਆਂ ਦੇ ਪੈਰਾਂ 'ਚ ਜੁੱਤੀਆਂ ਨਹੀਂ ਹੈਗੀਆਂ? ਕੋਈ ਨਸ਼ਾ ਛਡਾਊ ਕੇਂਦਰ ਹੋਵੇ, ਕੋਈ ਲਾਇਬ੍ਰੇਰੀ ਹੋਵੇ ਪਿੰਡ ਦੇ ਅੰਦਰ, ਕਿਤਾਬਾਂ ਹੋਣ 2-4 ਹਜ਼ਾਰ ਪਈਆਂ ਸਾਡੇ ਪਿੰਡ ਦੇ ਅੰਦਰ, ਵੀ ਆਹ ਕੋਈ ਨਿਆਣਾ ਹਰੀ ਸਿੰਘ ਨੜੂਏ ਦਾ ਜੀਵਨ ਪੜ੍ਹ ਲਵੇ, ਕੋਈ ਨਵਾਬ ਕਪੂਰ ਸਿੰਘ ਦਾ ਜੀਵਨ ਪੜ੍ਹ ਲਵੇ। ਇੱਦਾਂ ਦੇ ਪ੍ਰਬੰਧ ਹੋਣੇ ਚਾਹੀਦੇ ਸੀ ਸਾਡੇ ਨਗਰਾਂ ਦੇ ਅੰਦਰ। ਆਹ ਕੁਝ ਸਾਡੀਆਂ ਸੋਚਾਂ 'ਚ ਚੱਲਦਾ ਨਹੀਂ ਚੱਲਦਾ? ਕੀ ਚੱਲਦਾ? ਲੈ ਫਲਾਣੇ ਦੇ ਘਰੇ ਨਾ ਕੱਲ੍ਹ ਲੜਾਈ ਬਹੁਤ ਹੋਈ, ਅਤੇ ਇਹ ਐਂ ਨਹੀਂ ਗੱਲਾਂ ਕਰਦੇ ਵੀ ਲੜਾਈ ਹੋਈ ਆ ਨਹੀਂ, ਮਾੜਾ ਹੋਇਆ, ਕਿਉਂ ਲੜ ਪਏ? ਚੱਸ ਕੇ ਲੈ ਕੇ ਗੱਲਾਂ ਵੀ ਫਲਾਣੇ ਨੇ ਰਾਤ ਨਾ ਆਪਦੇ ਘਰ ਵਾਲੀ ਨੂੰ ਗਾਲਾਂ ਕੱਢੀਆਂ, ਫਲਾਣੀਆਂ ਮਾਵਾਂ ਧੀਆਂ ਨੌਹਾਂ ਲੜੀ ਜਾਂਦੀਆਂ ਸੀ ਘਰੇ, ਹੋਜੂ ਭਲਾ ਸਾਡਾ? ਹੁਣ ਸੋਚ ਛੋਟੀ ਹੈ ਤਾਂ ਮਿਲਣਾ ਕਿਹਨੂੰ ਚਾਹੁੰਦਾ ਬੰਦਾ? ਸੋਚੋ ਭਲਾ, ਮਿਲਣਾ ਕਿਹਨੂੰ ਚਾਹੁੰਦਾ? ਇਹਨੂੰ, ਇਸ ਬਾਪੂ ਨੂੰ ਜਿਹੜਾ ਦੁਨੀਆ ਦਾ ਮਾਲਕ ਹੈ, ਸੱਜਣ ਸੱਚਾ ਸਿਰ ਸ਼ਾਹਾਂ ਦਾ, ਜਿਸ ਪਾਸ ਬੈਠੇ ਹਾਂ ਸਭਨਾ ਦਾ ਵਸਾ, ਮਿਲਣਾ ਇਹਨੂੰ ਚਾਹੁੰਦਾ? ਦਦਾਰ ਇਹਦੇ ਕਰਨਾ ਚਾਹੁੰਦਾ ਜਿਹੜਾ ਸਭ ਤੋਂ ਵੱਡਾ, ਕੋਲ ਇਹਦੇ ਆਉਣਾ ਚਾਹੁੰਦਾ? ਵੀ ਇਹਦੇ ਕੋਲ ਆਉਣ ਲਈ ਇੱਦਾਂ ਦੀਆਂ ਸੋਚਾਂ ਕੰਮ ਕਰਨਗੀਆਂ? ਜਿਹੜੀਆਂ ਸੋਚਾਂ ਲਈ ਫਿਰਦਾ, ਜਿਹੜੀਆਂ ਤੰਗ ਦਿਲੀਆਂ ਲਈ ਫਿਰਦਾ, ਜਿਹੜੀ ਹਉਮੈ 'ਚ ਮਰਿਆ ਪਿਆ ਬੰਦਿਆ, ਨੇੜ ਆ ਜਾਏਗਾ ਇਸ ਗੁਰੂ ਦੇ ਕੋਲ? ਬਾਬਾ ਰਵਿਦਾਸ ਜੀ ਕਹਿੰਦੇ ਕਿੱਥੇ ਆਉਣਾ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਸੰਗਤ ਮਾੜੀ ਆ ਅਤੇ ਕੰਮ ਨੀਵੇਂ ਆ, ਮੇਰਾ ਕਰਮ ਕੁਟਲਤਾ ਜਨਮ ਕੁਭੰਤੀ, ਰਾਮ ਗੁੱਸਈਆ ਜੀ ਕੇ ਜੀਵਣਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਬਾਬਾ ਕਹਿੰਦਾ ਕਿੱਥੋਂ ਆਜੂ ਨੇੜ ਬੰਦਾ? ਇੱਕ ਸ਼ਬਦ 'ਚੋਂ ਕਹਿੰਦੇ ਜਦੋਂ ਸਾਡੀ ਹਉਮੈ ਸਿਰ ਚੜ੍ਹ ਬੋਲਦੀ ਹੈ ਤਾਂ ਰੱਬਾ ਤੂੰ ਲੱਭ ਜਾਏਗਾ ਸਾਨੂੰ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਸੀਂ ਹਾਂ ਤਾਂ ਉਹ ਨਹੀਂ ਹੁੰਦਾ।
ਜਦੋਂ ਉਹ ਆ ਜਾਏ, ਰੱਬ ਪ੍ਰਗਟ ਹੋ ਜਾਏ ਅੰਦਰ, ਗੁਰੂ ਪ੍ਰਗਟ ਹੋ ਜਾਏ, ਫਿਰ ਅਬ ਤੂੰ ਹੀ ਮੈਂ ਨਾਹੀਂ, ਫਿਰ ਉਹ ਆ ਗਿਆ, ਫਿਰ ਮੈਂ ਮਰ ਗਈ, ਫਿਰ ਸਾਰੇ ਕੰਮ ਕੌਣ ਸਵਾਰਦਾ ਹੈ? ਰੱਬ ਸਵਾਰਦਾ ਸਾਡੇ। ਬਾਬਾ ਕਬੀਰ ਜੀ ਦੇ ਬੜੇ ਪਿਆਰੇ ਵਾਕ ਕੀ ਕਹਿੰਦੇ ਬਾਬਾ ਕਬੀਰ ਜੀ? ਕਹਿਣ ਲੱਗੇ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਦੋਂ ਮੇਰੀ ਮੇਰੀ ਕਰੀ ਜਾਂਦਾ, ਕੋਈ ਕੰਮ ਨਹੀਂ ਆਉਣ ਵਾਲਾ ਤੇਰਾ। ਜਬ ਮੇਰੀ ਮੇਰੀ ਮਿਟ ਜਾਏ, ਪ੍ਰਭ ਕਾਜ ਸਵਾਰੇ ਆਏ। ਜਦੋਂ ਮੇਰੀ ਮੇਰੀ ਮੈਂ ਮਰ ਗਈ ਨਾ, ਫਿਰ ਰੱਬ ਆਪ ਆਉਂਦਾ। ਸੁਰਤੀਆਂ ਲੈ ਕੇ ਜਾਇਓ ਦਿੱਲੀ ਦੇ ਚਾਂਦਨੀ ਚੌਂਕ 'ਚ। ਘਟਨਾ ਨਵੰਬਰ ਦੀ ਹੈ, ਸੰਨ 1675 ਆ। ਮਤੀ ਦਾਸ ਦੇ ਸਿਰ 'ਤੇ ਆਰਾ ਆ ਅਤੇ ਜਲਾਦ ਕਹਿੰਦਾ, ਮਤੀ ਦਾਸਾ ਚੀਰ ਦੇਣਾ ਤੈਨੂੰ। ਕਹਿੰਦਾ, ਜੇ ਤਾਂ ਮਤੀ ਦਾਸ ਹੁੰਦਾ ਤਾਂ 2-4 ਮਿੰਟਾਂ 'ਚ ਮਨਾ ਲੈਂਦਾ ਅਤੇ ਚੀਰ ਵੀ ਦਿੰਦਾ। ਸੱਚ ਆ ਜਲਾਦਾ ਆਰੇ ਦੇ ਥੱਲੇ ਅੱਜ ਮਤੀ ਦਾਸ ਨਹੀਂ, ਅੱਜ ਉਹ ਵਰਤਦਾ ਆਪ। ਮਤੀ ਦਾਸ ਝੁਕਾਇਆ ਜਾ ਸਕਦਾ, ਪਰ ਰੱਬ ਨੂੰ ਝੁਕਾਇਆ ਨਹੀਂ ਜਾ ਸਕਦਾ। ਆਰੇ ਨਾਲ ਚੀਰ ਦਿੱਤਾ ਗਿਆ। ਜਲਾਦ ਪੁੱਛਦਾ, ਮਤੀ ਦਾਸਾ ਕੋ ਮੰਗ ਹੈਗੀ ਤੇਰੀ? ਸੋਚਦਾ ਗੁਰੂ ਦੇ ਨਾਲ ਰਹਿਣ ਵਾਲਾ ਜੇ ਮੰਨ ਗਿਆ, ਇੰਨੀ ਗੱਲ ਕਹਿਣ ਜੋਗੇ ਤਾਂ ਹੋ ਜਾਵਾਂਗੇ ਵੀ 3 ਆਏ ਸੀ, 3 ਚੋਂ 1 ਮਨਾ ਲਿਆ, ਆਲੇ ਦੁਆਲੇ ਕੋਈ ਸਾਡੇ ਕੱਖ ਤਾਂ ਰਹਿ ਜਾਣਗੇ। ਅੱਗਿਓਂ ਮਤੀ ਦਾਸ ਕਹਿੰਦਾ ਵੀ ਮੰਗ ਹੈਗੀ ਮੇਰੀ ਇੱਕ। ਜਲਾਦ ਖੁਸ਼ ਹੋ ਗਿਆ ਵੀ ਸ਼ੁਕਰ ਆ, ਵੀ ਇਹ ਕਹਿ ਦੂਗਾ ਕੋਠੀ ਲੈ ਦੇ, ਮਕਾਨ ਲੈ ਦੇ, ਬੰਗਲਾ ਲੈ ਦੇ, ਹੂਰਾਂ ਨਾਲ ਵਿਆਹ ਹੋ ਜਾਣ, ਪੈਸੇ ਮਿਲ ਜਾਣ, ਖੇੜਾ ਆਂਦਾ ਮੰਗ ਹੈਗੀ ਆ। ਜਲਾਦ ਕਹਿੰਦਾ, ਦੱਸ ਫਿਰ ਛੇਤੀ, ਆਪਾਂ ਪਾਸੇ 'ਤੇ ਬਹਿ ਕੇ ਸਮਝੌਤਾ ਜਿਹਾ ਕਰ ਲੈਂਦੇ ਹਾਂ। ਜਲਾਦ ਆਖਦਾ, ਦੱਸ ਕਾ ਮਤੀ ਦਾਸਾ, ਹੋ ਤੇਰੀ ਆਖਰੀ ਇੱਛਾ ਹੱਲ ਹੋਵੇ। ਆਖਰੀ ਇੱਛਾ, ਮੌਤ ਦੇ ਦਰਵਾਜ਼ੇ 'ਤੇ ਖੜਾ ਹੋਇਆ ਸਿੱਖ ਕੀ ਜਵਾਬ ਦਿੰਦਾ ਜਲਾਦ ਨੂੰ? ਆਰਾ ਸਿਰ 'ਤੇ ਹੈ। ਹਾਂਜੀ ਜਲਾਦ ਜੀ, ਮੇਰੀ ਇੱਕ ਇੱਛਾ ਆ, ਮੈਂ ਚਾਹੁੰਦਾ ਵੀ ਮੇਰੀ ਤੁਸੀਂ ਇੱਛਾ ਪੂਰੀ ਕਰੋਗੇ। ਕਹਿੰਦਾ, ਯਾਰ ਅਸੀਂ ਤਾਂ ਡੀਕਦੇ ਹਾਂ ਵੀ ਸਿੱਖ ਮੂੰਹ 'ਚੋਂ ਕੁਝ ਬੋਲੇ। ਸਾਡੇ ਤਾਂ ਕਿੰਨੇ ਦਿਨ ਲੰਘ ਗਏ, ਕਿੰਨੇ ਤਸੀਹੇ ਦੇ ਰਹੇ ਹਾਂ ਤੁਹਾਡੇ ਗੁਰੂ ਨੂੰ ਅਤੇ ਤੁਹਾਨੂੰ। ਮੰਗ ਪਤਾ ਕੀ ਮੰਗੀ? ਜਦੋਂ ਮੇਰੇ ਸੀਸ 'ਤੇ ਚੱਲੇ ਆਰਾ। ਜਦੋਂ ਮੇਰੇ ਸੀਸ 'ਤੇ ਆਰਾ ਚੱਲੇ ਨਾ, ਜਦੋਂ ਮੇਰੇ ਸੀਸ 'ਤੇ ਚੱਲੇ ਆਰਾ, ਮੇਰਾ ਮੁੱਖ ਮੇਰੇ ਗੁਰੂ ਦੇ ਵੱਲ ਹੋਵੇ। ਮੇਰਾ ਮੂੰਹ ਮੇਰੇ ਗੁਰੂ ਵੱਲ ਹੋਣਾ ਚਾਹੀਦਾ। ਮੈਂ ਚੀਰਿਆ ਵੀ ਜਾਵਾਂ ਨਾ, ਦਫਾੜ ਪਿਆ ਹੋਵਾਂ, ਚੀਰ ਵੀ ਟੇਢਾ ਨਾ ਹੋਵੇ, ਤਾਂ ਕਿ ਲੋਕਾਂ ਦੇ ਮਨਾਂ 'ਚ ਭਰਮ ਨਾ ਪੈ ਜਾਵੇ ਵੀ ਆ ਜ਼ਰੂਰ ਗਿਆ ਦਿੱਲੀ ਦੀ ਧਰਤੀ 'ਤੇ, ਪਰ ਆ ਕੇ ਡੋਲ ਗਿਆ ਸੀ, ਆਰੇ ਦੇ ਥੱਲੇ ਬਹਿ ਕੇ ਘਬਰਾ ਗਿਆ ਸੀ। ਆਉਣ ਵਾਲੀਆਂ ਨਸਲਾਂ ਨੇ ਡੋਲ ਜਾਣਾ ਜਲਾਦਾ, ਸਾਡਾ ਸਿਦਕ, ਸਾਡਾ ਭਰੋਸਾ, ਸਾਡਾ ਇਮਾਨ ਵੇਖ ਕੇ ਪਤਾ ਨਹੀਂ ਕਿੰਨਿਆਂ ਦੇ ਮਨਾਂ 'ਚ ਗੱਲ ਆਏਗੀ ਵੀ ਆਪਾਂ ਗੁਰੂ ਨਾਨਕ ਦੇ ਘਰ ਦੇ ਮੁਰੀਦ ਬਣ ਜਾਈਏ। ਇੱਥੇ ਆ ਕੇ ਕੌਣ ਵਰਤਦਾ? ਰੱਬ ਆਪ ਵਰਤਦਾ। ਭਾਈ ਦਿਆਲੇ 'ਚ ਕੌਣ ਵਰਤ ਰਿਹਾ? ਵਾਹਿਗੁਰੂ ਵਰਤ ਰਿਹਾ। ਨਹੀਂ ਤਾਂ ਆਪਣੇ ਵਰਗਾ ਬੰਦਾ ਹੁੰਦਾ ਤਾਂ ਮਾਫ ਕਰਨਾ, ਉਬਲਦਾ ਪਾਣੀ ਵੇਖ ਕੇ ਤਰਾਹ ਨਿਕਲ ਜਾਣੇ ਸੀ ਆਪਣੇ। ਪਰ ਇੱਕ ਦਿਆਲਾ ਭਾਈ ਸਾਡਾ ਦੇਗ ਵਿੱਚ ਬੈਠਾ ਹੋਇਆ ਵੀ ਸ਼ਾਂਤ ਹੈ। ਇਹ ਰੱਬ ਜ਼ਿੰਦਗੀ 'ਚ ਆਉਣ ਦੀਆਂ ਨਿਸ਼ਾਨੀਆਂ ਨੇ, ਇੱਦਾਂ ਦੀ ਅਵਸਥਾ ਬਣਾ ਦਿੰਦਾ ਗੁਰੂ। ਅਤੇ ਸਾਡੀ ਤਾਂ ਸੋਚ ਅਜੇ ਬਹੁਤ ਥੱਲੇ ਹੈ। ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਪ੍ਰਭ ਕਾਜ ਸਵਾਰੇ ਆਏ। ਜਦੋਂ ਮੈਂ ਖਤਮ ਹੋ ਗਈ ਨਾ, ਫਿਰ ਰੱਬ ਆਪ ਜ਼ਿੰਦਗੀ 'ਚ ਪ੍ਰਗਟ ਹੁੰਦਾ। ਸਤਿਗੁਰ ਕਹਿੰਦੇ, ਬਾਬਾ ਰਵਿਦਾਸ ਜੀ ਕਹਿੰਦੇ, ਫਿਰ ਅਰਦਾਸ ਕਰਨਾ ਉਹਦੇ ਚਰਨਾਂ 'ਚ ਵੀ, ਮੈਂ ਮਰ ਜਾਏ, ਹਉਮੈ ਮਰ ਜਾਏ, ਹੰਕਾਰ ਮਰ ਜਾਏ, ਅਰਦਾਸ ਕਰ ਉਹਦੇ ਚਰਨਾਂ 'ਚ, ਤਰਲਾ ਲਾਇਆ ਉਹਦੇ ਚਰਨਾਂ 'ਚ ਉਸ ਬਾਪੂ ਦੇ, ਮਾਲਕਾ ਮੇਰੇ ਅੰਦਰੋਂ ਇਹ ਹਉਮੈ ਮਾਰ ਦੇ, ਹੰਕਾਰ ਮਾਰ ਦੇ। ਅਤੇ ਬਾਬਾ ਰਵਿਦਾਸ ਜੀ ਨੇ ਪੂਰੀ ਬਾਣੀ ਦੇ ਅੰਦਰ ਆਪਣੇ ਆਪ ਨੂੰ ਪਤਾ ਨਹੀਂ ਕਿੰਨੀ ਵਾਰ ਆਪਣੇ ਆਪ ਨੂੰ ਨੀਵਾਂ ਕਿਹਾ, ਮਾੜਾ ਕਿਹਾ, ਛੋਟਾ ਕਿਹਾ। ਅਤੇ ਅਸੀਂ ਜਦੋਂ ਆਪਣੇ ਆਪ ਨੂੰ ਛੋਟਾ ਨੀਵਾਂ ਕਹਿੰਦੇ ਹਾਂ, ਸਾਡੀ ਹਉਮੈ ਨੂੰ ਕੀ ਵੱਜਦੀ ਹੈ? ਸੱਟ ਵੱਜਦੀ ਹੈ।
ਹਰ ਬੰਦਾ ਸਿਆਣਾ ਹੀ ਹੈ ਇੱਥੇ, ਗਿਆਨੀ ਆ ਹਰੇਕ ਬੰਦਾ, ਗੱਲ ਗੱਲ ਕਰਨ ਥੋੜ੍ਹਾ ਦਿੰਦਾ ਕੋਈ। ਅਸੀਂ ਅਸੀਂ ਕਹਿ ਲਾਂਗੇ ਆਪਣੇ ਆਪ ਨੂੰ ਨੀਵੇਂ, ਅਸੀਂ ਕਹਿ ਲਾਂਗੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਬਾਬੇ ਨੇ ਤਾਂ ਡਾਂਕੇ ਦੇ ਚੋੜ 'ਤੇ ਕਿਹਾ ਵੀ ਸਾਡੀ ਜ਼ਿੰਦਗੀ ਤਾਂ ਇਹ ਹੈ। ਵੈਸੇ ਮਾਫ ਕਰਨਾ ਜੇ ਮਰੀਜ਼ ਡਾਕਟਰ ਦੇ ਸਾਹਮਣੇ ਜਾ ਕੇ ਮੰਨੇ ਹੀ ਨਾ ਮੈਂ ਬਿਮਾਰ ਹਾਂ, ਇਲਾਜ ਹੋ ਜੂ, ਮਾਵਾਂ ਬੈਠੀਆਂ ਘਰ ਦੇ ਡਾਕਟਰ ਕੋਲ ਲੈ ਜਾਣਾ, ਡਾਕਟਰ ਕਹੇ ਕੀ ਹੋਇਆ, ਕਹਿੰਦਾ ਕੱਖ ਵੀ ਨਹੀਂ ਹੋਇਆ, ਕਹਿੰਦਾ ਫਿਰ ਚੱਕੀ ਐਵੇਂ ਫਿਰਦੇ ਹੌਸਪਿਟਲਾਂ ਨੂੰ, ਘਰੇ ਲੈ ਜਾਓ। ਮਰੀਜ਼ ਜਿੰਨਾ ਚਿਰ ਆਪਣੀ ਬਿਮਾਰੀ ਨੂੰ ਸਵੀਕਾਰ ਨਹੀਂ ਕਰਦਾ, ਇਲਾਜ ਹੋਏਗਾ ਜੀ? ਨਹੀਂ ਹੋਣਾ। ਔਗਣਾਂ ਨਾਲ ਨੱਕੋ ਨੱਕ ਭਰੇ ਹੋਏ ਹਾਂ, ਪਰ ਅਜੇ ਬੰਦਾ ਮੰਨਣ ਨੂੰ ਤਿਆਰ ਹੈਗਾ ਜੀ? ਅਜੇ ਬੰਦਾ ਮੰਨਣ ਨੂੰ ਤਿਆਰ, ਅਜੇ ਮੰਨਣ ਨੂੰ ਤਿਆਰ ਨਹੀਂ ਹੈਗਾ। ਨਾ ਮਾਵਾਂ ਆਪਣੇ ਔਗਣ ਸਵੀਕਾਰ ਕਰਕੇ ਖੁਸ਼ ਹੈ, ਨਾ ਭਰਾ ਸਵੀਕਾਰ ਕਰਕੇ ਖੁਸ਼ ਹੈ, ਨਾ ਨੌਜਵਾਨ ਆਪਣੇ ਔਗਣ ਸਵੀਕਾਰ ਕਰਕੇ ਖੁਸ਼ ਹੈ। ਵੈਸੇ ਤਵੀ 'ਤੇ ਬਹਿਣ ਵਾਲੇ ਨੇ ਤਾਂ ਡਾਂਕੇ ਦੀ ਚੋੜ 'ਤੇ ਆਖਿਆ ਵੀ ਅਸੀਂ ਤਾਂ ਉਗਣਾ ਨਾ ਭਰੇ ਹਾਂ। ਰੋਜ਼ਾਨਾ ਭਾਈ ਸਾਹਿਬ ਸੋਦਰ ਦਾ ਪਾਠ ਕਰਦੇ ਆ ਨਾ ਜੀ, ਕੀ ਆਉਂਦੇ ਵਾਕ ਉੱਥੇ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਸਾਡੇ 'ਚ ਕੋਈ ਵੀ ਗੁਣ ਨਹੀਂ ਹੈਗਾ। ਤਵੀ 'ਤੇ ਬਹਿਣ ਵਾਲਾ ਬਾਪੂ ਕਹਿੰਦਾ ਸਾਡੇ 'ਚ ਕੋਈ ਗੁਣ, ਰੇਤਾ ਪਵਾਉਣ ਵਾਲਾ ਕਹਿੰਦਾ ਸਾਡੇ 'ਚ ਕੋਈ ਵੀ ਗੁਣ ਨਹੀਂ ਹੈਗਾ। ਹਾਲਾਂਕਿ ਗੁਰੂ ਸਾਹਿਬ ਗੁਣਾਂ ਦੇ ਖਜ਼ਾਨੇ ਆ, ਉਹ ਰੱਬ ਨਾਲ ਮਿਲੇ ਹੋਏ ਆ, ਮਿਲਿਆ ਹੋਇਆ ਕਹਿੰਦਾ। ਐਵੇਂ ਥੋੜ੍ਹਾ ਕਿਸੇ ਸਿਆਣੇ ਸੱਜਣ ਨੇ ਕਹਾਣੀ ਲਿਖੀ, ਟੂਰ ਚੱਲਿਆ ਸੀ ਨਿਆਣਿਆਂ ਦਾ ਟੂਰ, ਜਿਵੇਂ ਆਪਣੇ ਪਿੰਡਾਂ 'ਚ ਲੈ ਕੇ ਜਾਂਦੇ, ਮਾਸਟਰ ਲੈ ਕੇ ਜਾਂਦੇ, ਅਤੇ ਇੱਕ ਨਿਆਣੇ ਨੇ ਨਾ ਬੱਸ 'ਚ ਮੈਡਮ ਨੂੰ ਸਵਾਲ ਕਰਤਾ, ਕਹਿੰਦਾ ਮੈਡਮ ਜੀ ਤੁਸੀਂ ਸਾਨੂੰ ਰੋਜ਼ ਪੜ੍ਹਾਉਂਦੇ ਹਾਂ ਵੀ ਇਹ ਐਪਲ ਆ, ਪਰ ਕੈਦੇ 'ਤੇ ਜਿਹੜਾ ਐਪਲ ਵਾਹਿਆ ਹੋਇਆ ਉਹਦੇ 'ਤੇ ਐਪਲ ਲਿਖਿਆ ਹੋਇਆ, ਸੇਬ ਲਿਖਿਆ ਹੋਇਆ, ਪਰ ਜਿਹੜਾ ਰੇਹੜੀ 'ਤੇ ਸੇਬ ਲਿਖਿਆ ਹੋਇਆ ਆ ਇਹਦੇ 'ਤੇ ਸੇਬ, ਜਿਹੜਾ ਰੇਹੜੀ 'ਤੇ ਸੇਬ ਪਏ ਹੈ ਇਹਦੇ 'ਤੇ ਸੱਸੇ ਨੂੰ ਲਾਂ ਅਤੇ ਬੱਬੇ ਬੱਬਾ ਕਿਉਂ ਨਹੀਂ ਪਾਇਆ ਹੋਇਆ? ਅਤੇ ਮੈਡਮ ਪਤਾ ਕੀ ਕਹਿੰਦੀ, ਕਹਿੰਦੀ ਪੁੱਤ ਜਿਹੜੀਆਂ ਅਸਲ ਚੀਜ਼ਾਂ ਹੁੰਦੀਆਂ ਨਾ ਉਹਨਾਂ 'ਤੇ ਲਿਖਣ ਦੀ ਲੋੜ ਨਹੀਂ ਪੈਂਦੀ, ਨਕਲੀਆਂ ਨੂੰ ਜ਼ਿਆਦਾ ਮਸ਼ਹੂਰੀ ਕਰਨੀ ਪੈਂਦੀ ਹੈ, ਨਕਲੀਆਂ ਨੂੰ। ਗੁਰੂ ਅਰਜਨ ਸਾਹਿਬ ਰੱਬ ਨਾਲ ਸਮਾਏ ਹੋਏ ਆ ਨਾ, ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ। ਉਹਨਾਂ ਦੀ ਜਿਹੜੀ ਤਵੀ 'ਤੇ ਬੈਠੇ ਆ ਨਾ, ਉਹ ਤਵੀ ਦੱਸਦੀ ਆ ਵੀ ਉਹ ਕੌਣ ਸਨ। ਜਿਹੜਾ ਗਰਮ ਰੇਤਾ ਸੀਸ ਵਿੱਚ ਪਾਇਆ ਉਹ ਦੱਸਦਾ ਵੀ ਵਾਕਈ ਇਹ ਆਤਮਾ ਰੱਬ ਨਾਲ ਰੰਗੀ ਹੋਈ ਸੀ। ਜਿਹੜੇ ਰੰਗੇ ਹੋਏ ਸੀ ਉਹ ਆਪਣੇ ਆਪ ਨੂੰ ਇਹ ਕਹਿੰਦੇ ਆ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ। ਸਾਡੇ 'ਚ ਕੋਈ ਗੁਣ ਨਹੀਂ। ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਆ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਅਸੀਂ ਅੰਨੇ ਹਾਂ ਅਤੇ ਅਸੀਂ ਜ਼ਹਿਰ ਖਾਂਦੇ ਹਾਂ। ਮਹਾਂਪੁਰਖਾਂ ਨੇ ਆਪ ਸਕੋ ਜੋ ਜਾਣੇ ਨੀਚਾ ਸੋ ਗਣੀਏ, ਸਭ ਦੇ ਉੱਚਾ। ਉਹ ਨੀਵੇਂ ਕਹਿੰਦੇ ਆਪਣੇ ਆਪ ਨੂੰ। ਕੀ ਕਹਿੰਦੇ ਬਾਬਾ ਰਵਿਦਾਸ ਜੀ, ਕਹਿੰਦੇ ਜੇ ਨੱਕੋ ਨੱਕੋ ਨੱਕ ਭਰਿਆ ਹੋਇਆ ਉਗਣਾ ਨਾ ਨਾ, ਅਤੇ ਅਰਦਾਸ ਕਰ ਆਪਣੇ ਗੁਰੂ ਦੇ ਚਰਨਾਂ 'ਚ, ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ। ਜਿੰਨਾ ਚਿਰ ਇਹ ਗੱਲ ਨਹੀਂ ਨਾ ਕਹਿੰਦਾ ਵੀ ਸੜ ਜਾਵਾਂ ਸੁੱਕ ਜਾਵਾਂ ਪਰ ਮੈਂ ਤੈਨੂੰ ਛੱਡਾਂਗਾ ਨਹੀਂ, ਉਨਾ ਚਿਰ ਤੇਰਾ ਭਲਾ ਹੋਣ ਵਾਲਾ ਨਹੀਂ ਹੈਗਾ। ਸਵੀਕਾਰ ਕਰ ਆ ਕੇ, ਇਹ ਗੱਲ ਕਹਿਣੀ ਪੈਣੀ ਆ, ਇਹ ਸਵੀਕਾਰ ਕਰਨਾ ਪੈਣਾ, ਨਹੀਂ ਤਾਂ ਖੂਹ ਦਿਆ ਡੱਡੂਆ ਕਾਹਦੇ 'ਚ ਰਹਿ ਜਾਏਗਾ ਸਾਰੀ ਜ਼ਿੰਦਗੀ ਖੂਹ ਦੇ ਅੰਦਰ, ਨਹੀਂ ਤਾਂ ਤੇਰਾ ਮਨ ਜ਼ਹਿਰ 'ਚ ਹੀ ਰੰਗਿਆ ਰਹੇਗਾ, ਬਾਹਰ ਨਹੀਂ ਆ ਸਕੇਗਾ। ਇਹ ਕਹਿਣਾ ਪੈਣਾ, ਕਰੋ ਕਿਰਪਾ ਭ੍ਰਮ ਚੂਕਈ, ਮੈਂ ਸੁਮਤ ਦੇ ਸਮਝਾਏ। ਦਾਤਿਆ ਕਿਰਪਾ ਕਰ, ਮੈਨੂੰ ਸਮਤ ਦੇ, ਸਮਝ ਦੇ, ਮੈਂ ਤੇਰੇ ਦਦਾਰ ਕਰ ਲਵਾਂ। ਮਾਧਵੇ ਕਿਆ ਕਹੀਏ, ਭ੍ਰਮ ਐਸਾ ਜੈਸਾ ਮਾਨੀਏ, ਮੇਰੇ ਅੰਦਰੋਂ ਭੁਲੇਖੇ ਮਰ ਜਾਣ, ਭਰਮ ਮਰ ਜਾਣ, ਮੈਂ ਤੇਰੇ ਨੇੜੇ ਹੋ ਜਾਂ। ਜੋਗੀ ਸਰ ਭਾਵੇਂ ਨਹੀਂ ਤੋ ਗੁਣ ਕਥਨ ਅਪਾਰ। ਬਾਬਾ ਰਵਿਦਾਸ ਜੀ ਕਹਿੰਦੇ ਵੱਡੇ ਵੱਡੇ ਜੋਗੀ ਜਿਹੜੇ ਕਹਿੰਦੇ ਸੀ ਅਸੀਂ ਬਹੁਤ ਗੋਰਖਨਾਥ ਦੇ ਮੁਰੀਦ ਹਾਂ ਅਤੇ ਸਾਡੇ ਕੋਲ ਰੱਬ ਦੀ ਪਹੁੰਚ ਹੈ, ਉਹ ਰੱਬ ਨੂੰ ਪਾ ਨਹੀਂ ਸਕੇ। ਕਿਉਂ ਕਿਉਂ ਨਹੀਂ ਪਾ ਸਕੇ ਜੀ, ਕਿਉਂ ਨਹੀਂ ਪਾ ਸਕੇ? ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਕਿਉਂ ਨਹੀਂ ਪਾ ਸਕੇ ਉਹ?
ਕਿਉਂਕਿ ਹਉਮੈ ਸੀ, ਹੰਕਾਰ ਸੀ ਸਿਰ 'ਚ, ਨਹੀਂ ਨੇੜੇ ਹੋ ਸਕੇ। ਉਹ ਹੰਕਾਰ ਨਾਲ ਮਿਲਦਾ ਜੀ, ਹਉਮੈ ਨਾਲ ਮਿਲਦਾ ਰੱਬ। ਰੱਬ ਈਰਖਾ 'ਚ ਸੜਿਆਂ ਨੂੰ ਮਿਲਦਾ ਪਿਆਰਿਓ, ਰੱਬ ਲੋਕਾਂ ਦੇ ਘਰਾਂ 'ਚ ਅੱਗਾਂ ਲਾਉਣ ਵਾਲਿਆਂ ਨੂੰ ਮਿਲਦਾ, ਰੱਬ ਨਸ਼ੇ ਖਾ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਮਿਲਦਾ ਨਹੀਂ। ਪ੍ਰੇਮ ਭਗਤ ਕਹਿ ਕਾਰਨ ਕਹਿ ਰਵਿਦਾਸ ਚਮਾਰ। ਬਾਬਾ ਜੀ ਕਹਿੰਦੇ ਉਹ ਤਾਂ ਪ੍ਰੇਮ ਕਰਨ ਵਾਲਿਆਂ ਨੂੰ ਮਿਲਦਾ, ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਹੈ, ਜਿਹੜੇ ਉਹਦੇ ਲਾਗੇ ਰਹਿੰਦੇ ਹੈ। ਤੁਮ ਚੰਦਨ ਹਮ ਰੈਂਡ ਬਾਪਰੇ ਸੰਗ ਤੁਮਾਰੇ ਬਾਸਾ। ਜਿਹੜੇ ਉਹਨੂੰ ਚੰਦਨ ਸਮਝਦੇ ਆ ਅਤੇ ਆਪ ਨੂੰ ਨਿੱਕੇ ਨਿੱਕੇ ਅਰੰਡ ਦੇ ਬੂਟੇ ਸਮਝਦੇ ਆ, ਉਹਦੇ ਲਾਗੇ ਰਹਿੰਦੇ ਆ। ਔਰ ਉਹ ਲਾਗੇ ਰਹਿ ਰਹਿ ਕੇ ਉਹਨਾਂ 'ਚੋਂ ਖੁਸ਼ਬੂ ਆਉਣ ਲੱਗ ਜਾਂਦੀ, ਨੇੜੇ ਰਹਿ ਰਹਿ ਕੇ। ਤੁਮ ਮਖਤੂਲ ਸਪੇਦ ਸਪਈਅਲ ਹਮ ਬਪਰੇ ਜਸਗੀਰਾ। ਜਿਹੜੇ ਕਹਿੰਦੇ ਆ ਵੀ ਦਾਤਿਆ ਤੂੰ ਰੇਸ਼ਮਾਂ ਅਤੇ ਅਸੀਂ ਰੇਸ਼ਮ ਵਿੱਚ ਰਹਿੰਦੇ ਹੋਏ ਕੀੜੇ ਹਾਂ, ਜੇ ਰੇਸ਼ਮ ਤੋਂ ਕੀੜੇ ਨੂੰ ਵੱਖ ਕਰ ਦਿੱਤਾ ਜਾਏ ਉਹ ਕੀੜਾ ਮਰ ਜਾਏਗਾ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪਮ ਖੀਰਾ। ਜਿਹੜੇ ਇਹ ਕਹਿੰਦੇ ਆ ਵੀ ਸਾਡੀ ਤੇਰੇ ਨਾਲ ਸਾਂਝ ਇੱਦਾਂ ਆ ਜਿਵੇਂ ਇੱਕ ਮੱਖੀ ਆਪਣੇ ਛੱਤੇ ਨੂੰ ਪਿਆਰ ਕਰਦੀ ਹੈ, ਜਿਹਦੇ ਛੱਤੇ 'ਤੇ ਰਹਿੰਦੀ ਹੈ, ਫਿਰ ਮਿਲਦਾ, ਉਹ ਪ੍ਰੇਮ ਦੀ ਗੱਲ ਹੈ। ਜੋ ਤੋ ਪ੍ਰੇਮ ਖਿਲਨ ਕਾ ਚਾਓ। ਇਹ ਕਾਹਦੀ ਖੇਡ ਹੈ ਜੀ ਸਿੱਖੀ, ਰੱਬ ਨੂੰ ਪਾਉਣਾ ਕਾਹਦੀ ਖੇਡ ਹੈ? ਨਹੀਂ ਤਾਂ ਹੰਕਾਰ ਵਾਲੇ ਹਉਮੈ ਵਾਲੇ ਲੋਕਾਂ ਨੇ ਵੰਡਣਾ ਹੀ ਆ ਸਾਰਾ ਕੁਛ। ਭਗਤ ਵੰਡਣਗੇ, ਮਹਾਂਪੁਰਖ ਵੰਡਣਗੇ, ਸ਼ਹੀਦ ਵੰਡਣਗੇ। ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨ ਕੀਜੈ। ਜਿਹੜੇ ਸਿਰ ਦੇ ਕੇ ਕਿਸੇ ਤਰ੍ਹਾਂ ਦਾ ਭਰਮ ਨਹੀਂ ਰੱਖਦੇ, ਉਹਨੂੰ ਆਪਣਾ ਆਪ ਸੌਂਪ ਦਿੰਦੇ, ਉਹਨਾਂ ਨੂੰ ਮਿਲਦਾ। ਆਖਰੀ ਘਟਨਾ ਕਹਿ ਕੇ ਸਮਾਪਤੀ ਕਰਾਂ। ਮਹਾਰਾਣੀ ਜਿੰਦ ਕੌਰ ਦਾ ਨਾਮ ਸੁਣਿਆ ਤੁਸੀਂ ਸਾਰਿਆਂ ਨੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੁਪਤਨੀ ਹੈ ਮਹਾਰਾਣੀ ਜਿੰਦ ਕੌਰ। ਐਸਾ ਸਮਾਂ ਆਇਆ ਵੀ ਰਾਜ ਭਾਗ ਖੁੱਸ ਗਿਆ, ਕਈ ਹਾਲਾਤ ਬਣਦੇ ਜ਼ਿੰਦਗੀ 'ਚ। ਪੁੱਤ ਵੀ ਵੱਖ ਕਰ ਲਿਆ, 7 ਸਾਲ ਇੰਗਲੈਂਡ, ਕਈ ਸਾਲ ਉੱਥੇ ਰਿਹਾ, ਉੱਥੇ ਪੜ੍ਹਿਆ। ਜਨ ਜੀਵਨ ਉੱਦਾਂ ਦਾ ਹੋ ਗਿਆ ਗੋਰਿਆਂ ਵਰਗਾ, ਅਤੇ ਮਾਂ ਤੋਂ ਕਰਤਾ ਦੂਰ। ਵੈਸੇ ਗੋਰੇ ਇੱਕ ਗੱਲ ਨੂੰ ਸਮਝਦੇ ਆ ਵੀ ਜੇ ਚੰਗੀ ਮਾਂ ਤੋਂ ਪੁੱਤ ਨੂੰ ਵੱਖ ਕਰ ਦਿੱਤਾ ਜਾਏ ਤਾਂ ਪੁੱਤ ਦੀ ਬੁੱਧੀ ਕੀ ਹੋ ਜਾਂਦੀ ਹੈ, ਭ੍ਰਿਸ਼ਟ ਹੋ ਜਾਂਦੀ ਹੈ। ਅਤੇ ਜੇ ਮਾਈ ਸਿਆਣੀ ਨਹੀਂ ਤਾਂ ਪੁੱਤ ਭਾਵੇਂ 50 ਸਾਲ ਗੋਦ 'ਚ ਬੈਠਾ ਰਹੇ। ਸਿਆਣੀਆਂ ਮਾਵਾਂ ਤੋਂ ਵਿਰੋਧੀ ਵੀ ਡਰਦੇ ਹੈ, ਤੁਹਾਨੂੰ ਨੋਚ ਨੋਚ ਕੇ ਖਾਣ ਵਾਲੇ ਵੀ ਡਰਦੇ ਹੈ। ਇਸ ਲਈ ਉਹਨਾਂ ਨੇ ਅੱਜ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦੇ ਨਾਲ ਨਾਲ ਸਭ ਤੋਂ ਵੱਧ ਗਮਰਾਹ ਕਿਹਨੂੰ ਕੀਤਾ? ਪੰਜਾਬ ਦੀਆਂ ਮਾਵਾਂ ਨੂੰ। ਨਾਟਕਾਂ 'ਚ ਵਾੜਤਾ ਅਗਲਿਆਂ, ਨੱਚਣ ਗਾਉਣ ਵਾਲੇ ਪਾਸੇ ਲਾਤਾ। ਵੀ ਜੇ ਮਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਨਾ ਤਾਂ ਪੁੱਤ 'ਤੇ ਅਸਰ ਬਹੁਤ ਛੇਤੀ ਹੋ ਜਾਏਗਾ। ਜਿੰਨਾ ਮਰਜ਼ੀ ਜ਼ੋਰ ਪ੍ਰਚਾਰਕ ਲਾ ਲਏ, ਜਿੰਨੇ ਮਰਜ਼ੀ ਜ਼ੋਰ ਪ੍ਰਚਾਰ ਕਰਾਉਣ ਵਾਲੇ ਲਾ ਲੈਣ, ਗ੍ਰੰਥੀ ਸਿੰਘ ਲਾ ਲੈਣ, ਜਿੰਨਾ ਚਿਰ ਮਾਂ ਨਹੀਂ ਚਾਹੁੰਦੀ ਮੇਰਾ ਬੱਚਾ ਸਿੱਖ ਨਾ ਬਣੇ, ਦੁਨੀਆ ਦੀ ਕੋਈ ਤਾਕਤ ਉਹਨੂੰ ਸਿੱਖ ਨਹੀਂ ਬਣਾ ਸਕਦੀ। ਸਭ ਤੋਂ ਵੱਡਾ ਰੋਲ ਮਾਂ ਦਾ ਹੈ, ਸਭ ਤੋਂ ਵੱਡਾ ਰੋਲ। ਇਸੇ ਕਰਕੇ ਅੱਜ ਮਾਵਾਂ ਦੀ ਸੋਚ 'ਤੇ ਅਟੈਕ ਕਰ ਰਹੇ ਅਗਲੇ, ਮਾਵਾਂ ਦੀ ਸੋਚ 'ਤੇ। ਬਹੁਤੀਆਂ ਸੋਚਾਂ ਨੂੰ ਪੰਡਿਤ ਖਾ ਗਏ, ਆ ਬਣੇ ਆ ਨਾ ਜ਼ਿਲ੍ਹਿਆਂ ਦੇ ਅੰਦਰ, ਧਾਗੇ ਤਵੀਤਾਂ ਵਾਲਿਆਂ ਨੇ ਬਹੁਤੇ ਨੋਚ ਨੋਚ ਕੇ ਖਾ ਲਏ, ਪੰਡਿਤਾਂ ਨੇ ਗਮਰਾਹ ਕਰ ਲਈਆਂ। 4th-5th ਦਿਨ ਚੱਕ ਕੇ ਡੋਲੂ ਫਲਾਨੀ ਜਗ੍ਹਾ, ਪੰਡਿਤਾਂ 'ਤੇ ਜਾਂਦੀਆਂ ਬੀਬੀਆਂ, ਪੰਡਿਤ ਸਾਹਮਣੇ ਬੈਠਾ ਹੁੰਦਾ। ਪੰਡਿਤ ਕੋਈ ਜਾਤ ਨਹੀਂ ਹੈਗੀ, ਮਾਫ਼ ਕਰਨਾ, ਸਾਡੇ ਪਿੰਡਾਂ ਵਿੱਚ ਵੀ ਪੰਡਿਤਾਂ ਦੇ ਘਰ ਬਹੁਤ ਹੈ। ਪੰਡਿਤ ਉਹ ਆ ਜਿਹੜੇ ਲੋਕਾਂ ਨੂੰ ਪਖੰਡ 'ਚ ਪਾਉਂਦੇ ਹੈ, ਗਮਰਾਹ ਕਰਦੇ। ਉੱਦਾਂ ਹੋਰ ਸਾਡਾ ਕਿਸੇ ਪੰਡਿਤ ਨਾਲ ਕੋਈ ਵੈਰ ਨਹੀਂ ਹੈਗਾ। ਮਾਵਾਂ ਜਾਂਦੀਆਂ ਸਾਡੀਆਂ, ਉਹ ਪਤਾ ਕੀ ਕਹਿੰਦਾ ਅੱਗੇ ਸੁਣਿਓ, ਕਿਵੇਂ ਗਮਰਾਹ ਕੀਤਾ ਜਾਂਦਾ ਸਾਡੀਆਂ ਮਾਵਾਂ ਭੈਣਾਂ ਨੂੰ। ਕਹਿੰਦਾ ਬੀਬੀ ਤੂੰ ਤਾਂ ਬੜੀ ਸਿਆਣੀ ਆ, ਤੂੰ ਤਾਂ ਬਾਹਲੀ ਭੋਲੀ ਭਾਲੀ ਆ, ਤੂੰ ਤਾਂ ਬਾਹਲੀ ਚੰਗੀ ਬੀਬੀ ਆ ਤੂੰ ਤਾਂ, ਪਰ ਇਹ ਜਿਹੜਾ ਸਾਰਾ ਕੀਤਾ ਕਰਾਇਆ ਨਾ, ਇਹ ਤੁਹਾਡੇ ਗਵਾਂਢੀਆਂ ਦਾ ਸਾਰਾ ਕੁਝ ਕੀਤਾ। ਤੁਹਾਡੇ ਘਰ 'ਚ ਪਵਾੜੇ ਪਾਏ, ਤੇਰਾ ਮੁੰਡਾ ਬਾਹਰ ਨਹੀਂ ਗਿਆ, ਤੇਰੇ ਘਰ ਵਾਲਾ ਸ਼ਰਾਬ ਨਹੀਂ, ਯਾਨੀ ਕਿ ਭੈਣ ਦਾ ਗੁੱਸਾ ਸਾਰਾ ਕਿਹਦੇ 'ਤੇ ਲੱਦ ਦਿੰਦੇ ਆ? ਗਵਾਂਢੀਆਂ ਦੇ ਘਰ 'ਤੇ।
ਕਲੇਸ਼ ਪੈ ਗਏ ਕਿ ਨਹੀਂ ਪੈ ਗਏ? ਜਾਂ ਕਹਿਣਗੇ ਵੀ ਜਿਹਨੇ ਤੁਹਾਡੇ ਘਰ 'ਤੇ ਕੁਝ ਕੀਤਾ, ਉਹਦੇ ਪੀਲਾ ਸੂਟ ਪਾਇਆ, ਇੰਨੇ ਵਜੇ ਤੁਹਾਡੇ ਦਰਵਾਜ਼ੇ ਕੋਲ ਦੀ ਲੰਘੇਗੀ ਅਤੇ ਸਮਝ ਲਓ ਵੀ ਉਹਨੇ ਘਰ ਪੱਟਿਆ ਤੁਹਾਡਾ। ਮੈਂ ਸੋਚਦਾ ਵੀ ਜਿਹੜੀ ਭੈਣ ਨੇ ਕਦੇ ਕੁਦਰਤੀ ਉਸ ਰੰਗ ਦਾ ਸੂਟ ਪਾ ਲਿਆ, ਦਰਵਾਜ਼ੇ ਮੂਹਰ ਦੀ ਲੰਘ ਲਈ, ਕਲੇਸ਼ ਪੈ ਗਿਆ, ਫਰਕ ਪੈ ਗਿਆ, ਵੰਡੇ ਗਏ ਅਸੀਂ। ਇਵੇਂ ਨਹੀਂ ਹੋਇਆ, ਇਵੇਂ ਹੋਇਆ, ਐਂ ਵੰਡਤੇ ਘਰ, ਪਿੰਡਾਂ ਦੇ ਪਿੰਡ, ਚਾਰ ਚਾਰ ਪੰਜ ਪੰਜ ਘਰ ਐਂ ਵੰਡੇ ਹੋਏ ਹੈ। ਅਤੇ ਕਸੂਰ ਉਹਨੇ ਕੱਢਣਾ ਕਿਸੇ 'ਚ, ਨਾਲੇ ਲੈ ਲੈਣਾ 2,000-2,500 ਰੁਪਈਆ, ਅਤੇ ਨਾਲੇ ਕਹੀ ਜਾਣਾ ਬਸ ਫਿਕਰ ਨਾ ਕਰੋ, ਉੱਦਾਂ ਮੈਂ ਬੈਠਾ, ਸਭ ਸ਼ਨਿਚਰ ਸ਼ਨੀ ਮੈਂ ਲਾਹ ਦੇਣੇ ਤੁਹਾਡੇ ਤੋਂ, ਤੁਹਾਨੂੰ ਹਵਨ ਕਰਾਉਣਾ ਪੈਣਾ, ਇੰਨਾ ਪੈਸੇ ਦੇ ਜਾਓ, ਤੁਹਾਡਾ ਹੱਲ ਹੋ ਜੂ। ਭੈਣ ਮਾਰੀ ਦੀ ਵਿਚਾਰੇ ਵੀ ਜਿਹੜੇ ਸ਼ਨੀ ਹੋਣੀ ਸਾਡੇ ਪਿੱਛੇ ਛੱਡੇ ਆ, ਉਹਨਾਂ ਨੂੰ ਲਾਉਣਾ ਤਾਂ ਪੈਣਾ ਹੀ ਆ, ਹੁਣ ਟਾਲਣਾ ਤਾਂ ਪੈਣਾ ਹੀ ਆ। ਉਹ ਵਿਚਾਰੀਆਂ 2,000-2,500 ਉੱਥੇ ਜੇਬ 'ਚ ਪਾ ਆਉਂਦੀਆਂ। ਇੱਕ ਅੱਛਾ 2,500 ਕਿੰਨੀ ਬਰਬਾਦੀ, ਇੱਕ ਤਾਂ ਪੈਸੇ ਦੀ ਬਰਬਾਦੀ ਹੋਈ, ਇੱਕ ਸਮੇਂ ਦੀ ਬਰਬਾਦੀ, ਅਤੇ ਸਭ ਤੋਂ ਵੱਡਾ ਨੁਕਸਾਨ ਕੀ ਹੋਇਆ ਦੱਸਿਓ ਭੈਣ ਮੇਰੀਆਂ, ਸਭ ਤੋਂ ਵੱਡਾ। ਸਮਾਪਤੀ ਕਰਨੀ, ਮੈਂ ਬਹੁਤ ਚਿਰ ਦੇ ਬੈਠੇ, ਤੁਸੀਂ ਰਾਗੀ ਸਿੰਘਾਂ ਵੀ ਕੀਰਤਨ ਕੀਤਾ, ਸਭ ਤੋਂ ਵੱਡੀ ਬਰਬਾਦੀ ਕੀ ਹੋਈ ਜੀ? ਜਿਹੜੇ ਪਿੰਡ 'ਚ ਰਹਿੰਦੇ ਸੀ, ਜਿਨ੍ਹਾਂ ਦੇ ਮੱਥੇ ਲੱਗਦੇ ਸੀ, ਜਿਨ੍ਹਾਂ ਨਾਲ ਦੁੱਖ ਸੁੱਖ ਸਾਂਝੇ ਸੀ, ਉਹਨਾਂ ਨਾਲ ਕੀ ਪਾ ਲਿਆ ਅਸੀਂ? ਮੁੱਲ ਵੈਰ ਪਾ ਲਿਆ ਉਹਨਾਂ ਨਾਲ। ਅੱਛਾ ਮੈਂ ਸੋਚਦਾ ਇਹ ਤਾਂ ਭੈਣਾਂ ਸੂਝਵਾਨ ਆ ਜਿਹੜੀਆਂ ਗੁਰੂ ਦੀ ਗੋਦ 'ਚ ਆਈਆਂ, ਜਿਹੜੀਆਂ ਚੱਲ ਕੇ ਆ ਗਈਆਂ ਵੀ ਅੱਜ ਪ੍ਰਚਾਰ ਹੋ ਰਿਹਾ, ਚੱਲੀਏ। ਮੈਂ ਸੋਚਦਾ ਜੇ ਪੰਡਤਾਂ ਕੋਲ, ਪਖੰਡੀਆਂ ਕੋਲ ਜਾਣ ਦੀ ਬਜਾਏ ਤੁਸੀਂ ਗੁਰੂ ਕੋਲ ਆਓ, ਫਰਕ ਕੀ ਹੈ ਉੱਥੋਂ ਦਾ ਅਤੇ ਇੱਥੋਂ ਦਾ? ਨੰਬਰ ਇੱਕ, ਗੋਲਕ ਵਿੱਚ ਰੁਪਈਆ ਤੁਸੀਂ ਆਪਣੀ ਦੱਸੋ ਜੀ ਮਰਜ਼ੀ ਨਾ ਪਾਉਣਾ, ਫਾਇਦਾ ਇਹ ਆ ਪਹਿਲਾਂ, ਪੜਦੇ ਨਾਲ ਗੋਲਕ ਬਣੀ ਹੈ, ਤੁਹਾਡੀ ਗੁੰਜਾਇਸ਼ 5 ਦੀ ਹੈ 5 ਪਾਓ, 10 ਦੀ ਗੁੰਜਾਇਸ਼ ਆ 10 ਪਾਓ, ਤੁਹਾਡੀ ਗੁੰਜਾਇਸ਼ ਮੁਤਾਬਕ ਹੀ ਹੈ। ਯਾਨੀ ਕਿ ਡਿਮਾਂਡ ਕੋਈ ਨਹੀਂ ਗੁਰੂ ਦੀ ਵੀ ਮੈਂ ਆਹ ਲੈਣਾ, ਜਿੰਨੀ ਸਿੱਖ ਦੀ ਸਮਰੱਥਾ ਉਹ ਭੇਟ ਕਰੇ। ਨੰਬਰ 2, ਗੁਰੂ ਨੇ ਇਹ ਨਹੀਂ ਕਹਿਣਾ ਗਵਾਂਢੀ ਮਾੜੇ ਆ, ਗੁਰੂ ਨੇ ਇਹ ਵੀ ਨਹੀਂ ਕਹਿਣਾ ਵੀ ਗਵਾਂਢੀਆਂ ਨੇ ਕੁਝ ਕੀਤਾ ਜਾਂ ਤੁਹਾਡੇ ਘਰਦਿਆਂ ਨੇ। ਗੁਰਬਾਣੀ ਨੇ ਕੀ ਕਹਿਣਾ? ਨੁਕਸ ਕਿੱਥੇ ਹੈ? ਗੁਰੂ ਨੁਕਸ ਕਿੱਥੇ ਕੱਢੂਗਾ ਜੀ, ਦੱਸਿਓ ਜ਼ਰਾ। ਸਤਿਗੁਰ ਨੇ ਕਿੱਥੇ ਕਹਿਣਾ ਵੀ ਭਾਈ ਕੀ ਸਮੱਸਿਆ ਹੈ ਜਿਹਦੇ ਕਰਕੇ ਤੁਹਾਡੇ ਘਰ 'ਚ ਕਲੇਸ਼ ਹੈ, ਲੜਾਈ ਹੈ, ਵੈਰ ਪਿਆ, ਕਾਰਨ ਕੀ ਹੈਗਾ? ਗੁਰੂ ਕੀ ਦੱਸੇਗਾ? ਇਹ ਵੈਦ ਗੁਰੂ ਕੀ ਕਹੇਗਾ ਸਾਨੂੰ? ਬਾਪੂ ਨੇ ਤਾਂ ਫਿਰ ਇਹੀ ਜਵਾਬ ਦੇਣਾ, ਸੁਣਿਓ, ਹਮੇ ਅਵਗਣ ਭਰੇ ਏਕ ਗੁਣ ਨਾਹੀ, ਤੇਰੇ 'ਚ ਕਮੀਆਂ ਤੇਰੇ 'ਚ ਘਾਟਾਂ, ਕੋਈ ਦੂਜਾ ਕੱਖ ਨਹੀਂ ਕਰ ਸਕਦਾ ਜੇ ਤੂੰ ਜੁੜਿਆ ਹੋਏਗਾ। ਕਿਹੜਾ ਪੱਤਾ ਟੁੱਟਦਾ ਦਰਖਤ ਨਾਲੋਂ ਜੀ? ਜਿਹੜਾ ਕਮਜ਼ੋਰ ਹੈ ਟਾਹਣੀ ਨਾਲੋਂ ਟੁੱਟ ਗਿਆ, ਹਵਾਵਾਂ ਦੇ ਵਿੱਚ ਵੀ ਉਹੀ ਵਹਿੰਦਾ, ਉਹੀ ਨਾਲੀਆਂ 'ਚ ਜਾਂਦਾ, ਉਹੀ ਸੁੱਕਦਾ। ਜਿਹੜਾ ਦਰਖਤ ਨਾਲ ਜੁੜਿਆ ਉਹਨੂੰ ਕਿਸੇ ਚੀਜ਼ ਦੀ ਕੋਈ ਕਮਜ਼ੋਰੀ ਜਾਂ ਘਾਟ ਨਹੀਂ ਆਉਂਦੀ। ਗੁਰੂ ਨੇ ਤਾਂ ਇਹੀ ਕਹਿਣਾ, ਹਮੇ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛੱਡ ਬਿਖੈ ਬਿਕ ਖਾਈ। ਤੂੰ ਅੰਮ੍ਰਿਤ ਛੱਡ ਕੇ ਜ਼ਹਿਰ ਖਾਣ ਲੱਗ ਗਿਆ। ਗੁਰੂ ਨੇ ਸਾਡੇ ਕਸੂਰ ਕੱਢਣਾ, ਦੱਦਾ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾਂ ਆਪਣਿਆ, ਕਿਸੇ 'ਚ ਦੋਸ਼ ਨਾ ਕੱਢ, ਕਸੂਰ ਬੰਦਿਆ ਤੇਰੇ 'ਚ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ, ਫਰੀਦਾ ਲੋੜੈ ਦਾਕ ਬਜ਼ੋਰੀਆਂ ਕਿੱਕਰ ਬੀਜੈ, ਜੱਟ ਹੰਡੈ ਉਨ ਕਤਾਏ ਦਾ ਪਹਿੰਦਾ ਲੋੜੈ ਪੱਟ। ਨਾ ਪੈਸਾ ਲੱਗਿਆ, ਮੁਕਤ ਵਿੱਚ ਇਲਾਜ ਹੋ ਗਿਆ, ਵੀ ਆਪਣੇ ਆਪ ਨੂੰ ਸੁਧਾਰ ਲਾ, ਆਪ ਸਵਾਰੈ ਮੈਂ ਮਿਲਿਆ ਸੁੱਖ। ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਸਭ ਜੱਗ ਤੇਰਾ ਹੋਏ, ਆਪਣੇ ਆਪ ਨੂੰ ਸਵਾਰ ਲਾ, ਸਾਰਾ ਕੁਝ ਸਹੀ ਹੈ। ਪਰ ਕਲੇਸ਼ ਪੈ ਗਏ, ਲੜਾਈਆਂ ਪੈ ਗਈਆਂ, ਝਗੜੇ ਪੈ ਗਏ, ਵਖਰੇਵੇਂ, ਈਰਖਾ ਸਾੜਾ ਵੱਧ ਗਿਆ ਸਾਡੇ ਪਿੰਡਾਂ 'ਚ। ਮੈਂ ਜ਼ਿਕਰ ਕਰ ਰਿਹਾ ਸੀ ਮਹਾਰਾਣੀ ਜਿੰਦ ਕੌਰ, ਸਾਡੀਆਂ ਮਾਵਾਂ ਵਰਗੀ ਮਾਂ ਨਹੀਂ ਸੀ ਨਾ, ਨਾ ਤਾਂ ਕਿਸੇ ਪਖੰਡ 'ਚ ਫਸੀ ਸੀ, ਨਾ ਕਿਸੇ ਭਰਮ 'ਚ ਸੀ, ਆਜ਼ਾਦ ਸੀ। ਕਈ ਸਾਲਾਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਦੇ ਪੁੱਤਰ ਦਲੀਪ ਸਿੰਘ ਨੂੰ ਮਿਲੀ, ਆਪਣੇ ਬੱਚੇ ਨੂੰ ਮਿਲੀ, ਕਈਆਂ ਸਾਲਾਂ ਬਾਅਦ। ਇੱਧਰ ਅੰਗਰੇਜ਼ ਖੜ੍ਹੇ ਹੈ, ਸਾਹਮਣੇ ਦਲੀਪ ਸਿੰਘ ਖੜ੍ਹਾ, ਮਾਂ ਅੰਨੀ ਹੋ ਚੁੱਕੀ ਹੈ, ਘਰ ਉੱਜੜ ਗਿਆ, ਰਾਜ ਭਾਗ ਖੁੱਸ ਗਿਆ, ਪੈਰੀ ਜੋੜਾ ਨਹੀਂ, ਕੱਪੜੇ ਪਾਟੇ ਹੋਏ ਆ, ਸਰੀਰ ਕਮਜ਼ੋਰ ਹੋਇਆ, ਲਹੂ ਲਹਾਣ ਹੋਈ ਪਈ ਹੈ। ਕੋਲੇ ਆ ਕੇ ਦਲੀਪ ਸਿੰਘ ਆਪਣੀ ਮਾਂ ਦੇ ਫਤਿਹ ਬੁਲਾਉਂਦਾ,
ਆਪਣੇ ਬੱਚੇ ਦੀ ਆਵਾਜ਼ ਸੁਣਦੀ ਹੈ ਮਹਾਰਾਣੀ ਜਿੰਦ ਕੌਰ ਅਤੇ ਘੁੱਟ ਕੇ ਕਲੇਜੇ ਨਾਲ ਲਾ ਲੈਂਦੀ ਹੈ। ਜਦੋਂ ਘੁੱਟ ਕਲੇਜੇ ਲਾਇਆ ਨਾ ਤਾਂ ਖਿਸਕਦਾ ਖਿਸਕਦਾ ਹੱਥ ਆਪਣੇ ਬੱਚੇ ਦੇ ਸਿਰ 'ਤੇ ਚਲਿਆ ਗਿਆ। ਜਦੋਂ ਵੇਖਿਆ ਵੀ ਮੇਰੇ ਬੱਚੇ ਦੇ ਸਿਰ 'ਤੇ ਦਸਤਾਰ ਨਹੀਂ ਹੈਗੀ ਨਾ, ਧੱਕ ਕੇ ਮਹਾਰਾਣੀ ਜਿੰਦ ਕੌਰ ਨੇ ਆਪਣੇ ਬੱਚੇ ਨੂੰ ਪਿੱਛੇ ਧੱਕ ਕੇ ਮਾਰਿਆ। ਅੱਗਿਓਂ ਦਲੀਪ ਸਿੰਘ ਨੇ ਆਖਿਆ ਵੀ ਮਾਂ ਮੈਨੂੰ ਪਹਿਚਾਣਿਆ ਨਹੀਂ ਤੂੰ, ਮੈਂ ਤੇਰਾ ਬੱਚਾ ਸਰਦਾਰ ਦਲੀਪ ਸਿੰਘ ਆ ਜਿਹੜਾ ਤੇਰੀ ਕੋਖ 'ਚ ਪੈਦਾ ਹੋਇਆ, ਜਿਹੜਾ ਤੇਰੀ ਗੋਦ 'ਚ ਖੇਡਿਆ, ਤੇਰੀ ਕੁੱਖ 'ਚੋਂ ਜਿਹਨੇ ਜਨਮ ਲਿਆ, ਮੈਂ ਤੇਰਾ ਪੁੱਤਰ ਹਾਂ ਮਾਂ। ਆਂਦੀ ਨਹੀਂ, ਤੂੰ ਮੇਰਾ ਬੱਚਾ ਨਹੀਂ ਹੋ ਸਕਦਾ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ। ਆਂਦਾ ਮਾਂ ਠੀਕ ਹੈ ਤੂੰ ਅੰਨੀ ਆ, ਹੋ ਸਕਦਾ ਤੈਨੂੰ ਇਸ ਕਰਕੇ ਆਪਣੇ ਬੱਚੇ ਦੀ ਪਹਿਚਾਣ ਨਾ ਆਈ ਹੋਵੇ। ਅਤੇ ਅੱਗੋਂ ਮਹਾਰਾਣੀ ਜਿੰਦ ਕੌਰ ਨੇ ਕਿਹਾ ਦਲੀਪ ਸਿੰਘਾ ਇਹ ਸਹੀ ਗੱਲ ਆ ਵੀ ਮਹਾਰਾਣੀ ਜਿੰਦ ਕੌਰ ਅੱਜ ਅੱਖਾਂ ਤੋਂ ਅੰਨੀ ਹੈ, ਪਰ ਸੁਰਤੀ ਦੀਆਂ ਅੱਖਾਂ 'ਤੇ ਮੇਰੀਆਂ ਅੱਜ ਵੀ ਜਿਉਂਦੀਆਂ ਜਾਗਦੀਆਂ ਆ। ਮੇਰੀ ਸੁਰਤ ਕਹਿੰਦੀ ਆ ਵੀ ਤੂੰ ਮੇਰਾ ਪੁੱਤ ਨਹੀਂ ਹੈਗਾ। ਬੱਚਾ ਰੋ ਰੋ ਕੇ ਕਹਿੰਦਾ ਮਾਂ ਪੁੱਤ ਨੂੰ ਪਹਿਚਾਣ ਨਹੀਂ ਰਹੀ, ਜਨਮ ਦੇਣ ਵਾਲੀ ਕਿਵੇਂ ਭੁੱਲ ਸਕਦੀ ਹੈ, ਪੈਦਾ ਕਰਨ ਵਾਲੀ ਕਿਵੇਂ ਭੁੱਲ ਸਕਦੀ ਹੈ, ਖੜਾਉਣ ਵਾਲੀ ਕਿਵੇਂ ਭੁੱਲ ਸਕਦੀ ਹੈ, ਆਪਣਾ ਦੁੱਧ ਚੁੰਘਾਉਣ ਵਾਲੀ ਆਪਣੇ ਬੱਚੇ ਨੂੰ ਕਿਵੇਂ ਭੁੱਲ ਸਕਦੀ ਹੈ। ਬੋਲੀ ਗਿਆ, ਆਂਦਾ ਮਾਂ ਤੂੰ ਸੁਰਤੀ 'ਚੋਂ ਵੀ ਅੰਨੀ ਹੋ ਗਈ। ਕਹਿੰਦੀ ਨਹੀਂ ਪੁੱਤਰਾ, ਜੇ ਤੂੰ ਮੇਰਾ ਦਲੀਪ ਸਿੰਘ ਹੁੰਦਾ ਨਾ, ਤੂੰ ਕਲੰਗੀਧਰ ਦਾ ਦਿੱਤਾ ਹੋਇਆ ਸਨਮਾਨ ਇਹਨਾਂ ਗੋਰਿਆਂ ਦੇ ਪੈਰਾਂ 'ਚੋਂ ਸੁੱਟ ਕੇ ਨਾ ਆਉਂਦਾ, ਤੂੰ ਮੇਰਾ ਬੱਚਾ ਨਹੀਂ ਹੈਗਾ। ਆਂਦਾ ਮਾਂ ਇੰਨੀ ਕੁ ਗੱਲ ਪਿੱਛੇ, ਆਂਦਾ ਨਹੀਂ ਨਹੀਂ ਪੁੱਤ ਗੱਲ ਇੰਨੀ ਨਹੀਂ, ਇਹ ਗੱਲ ਬਹੁਤ ਵੱਡੀ ਹੈ। ਅਤੇ ਕੋਲ ਅੰਗਰੇਜ਼ ਖੜ੍ਹਾ ਸੀ ਇੱਕ, ਕਹਿੰਦਾ ਤੂੰ ਕਹਿੰਦੀ ਆ ਵੀ ਮੇਰੇ ਬੱਚੇ ਨੇ ਕਕਾਰ ਲਾਏ ਆ, ਕੇਸ ਕਤਲ ਕਰਾਏ ਆ, ਤੇਰੀ ਜਾਣਕਾਰੀ 'ਚ ਵਾਧਾ ਕਰੀਏ ਜਿੰਦ ਕੌਰੇ, ਤੇਰਾ ਬੱਚਾ ਤਾਂ ਹੁਣ ਅਸਾਈ ਬਣ ਗਿਆ। ਮਾਂ ਨੇ ਜਦੋਂ ਇੰਨੀ ਗੱਲ ਸੁਣੀ ਤਾਂ ਕਲੇਜਾ ਬਾਹਰ ਆ ਗਿਆ। ਸਾਡੇ ਪਿੰਡਾਂ 'ਚ ਵੀ ਗਿਰਜਾ ਘਰ ਪੰਜਾਬ 'ਚ ਬਣਦੇ ਜਾਂਦੇ, ਸਾਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ। ਮਹਾਰਾਣੀ ਜਿੰਦ ਕੌਰ ਹੋਵੇ ਤਾਂ ਫਿਕਰ ਕਰੇ, ਜੇ ਮਹਾਰਾਣੀ ਜਿੰਦ ਕੌਰ ਵਰਗਾ ਹਿਰਦਾ ਹੋਵੇ ਤਾਂ ਫਿਕਰ ਕਰੇ ਵੀ ਇਹ ਕੀ ਹੋ ਰਿਹਾ, ਵੀ ਪੰਜਾਬ ਗੁਰੂਆਂ ਦਾ, ਕਲੰਗੀਧਰ ਦਾ ਪੰਜਾਬ, ਪੰਜਾਬ ਨੂੰ ਜਿਉਂਦਿਆਂ ਜਾਗਦਾ ਗੁਰੂਆਂ ਨੇ ਕੀਤਾ, ਅਤੇ ਸਾਨੂੰ ਹੋਰਾਂ ਅੱਗੇ ਹੱਥ ਅੱਡਣ ਦੀ ਲੋੜ ਕੀ ਰਹਿ ਗਈ। ਇਹ ਫਿਕਰ ਉਸ ਜਿੰਦ ਕੌਰ ਨੂੰ ਆ ਜਿਹੜੀ ਸਾਡੇ ਦਿਲਾਂ ਦਿਮਾਗਾਂ 'ਚੋਂ ਖੋਰਤੀ ਅਗਲਿਆਂ ਨੇ, ਜਿਹੜੀ ਜਿੰਦ ਕੌਰ ਦਾ ਅਕਸ਼ ਸਾਡੇ ਦਿਲਾਂ ਦਿਮਾਗਾਂ 'ਚੋਂ ਖਤਮ ਕਰ ਦਿੱਤਾ ਨਾ, ਉਹ ਫਿਕਰ ਰਿਹਾ ਹੀ ਨਹੀਂ ਸਾਨੂੰ। ਸਾਡੇ ਦਿਮਾਗਾਂ 'ਚ ਤਾਂ ਹੋਰ ਹੀ ਕੁਝ ਚੱਲੀ ਜਾਂਦਾ। ਉਸ ਮਾਂ ਨੂੰ ਇੱਕੋ ਹੀ ਫਿਕਰ ਆ ਵੀ ਮੇਰਾ ਬੱਚਾ ਅਸਾਈ ਕਿਉਂ ਬਣ ਗਿਆ। ਅਤੇ ਗੋਰੇ ਹੱਸਦੇ ਆ, ਕਹਿੰਦੇ ਵੇਖਿਆ ਬਦਲ ਗਿਆ ਨਾ ਤੇਰਾ ਪੁੱਤ। ਅਤੇ ਅੰਨੀ ਹੋਈ ਮਾਂ ਆਪਣੇ ਬੱਚੇ ਨੂੰ ਦੋ ਸ਼ਬਦ ਕਹਿੰਦੀ ਆ, ਮੈਂ ਕਵਿਤਾ ਦੇ ਬੋਲ ਤੁਹਾਡੇ ਸਾਹਮਣੇ ਰੱਖ ਕੇ ਖਿਮਾ ਮੰਗਣੀ ਆ। ਉਹ ਬੋਲ ਪਤਾ ਕਿਹੜੇ ਸੀ, ਗੱਲ ਕਿੱਥੋਂ ਚੱਲੀ ਸੀ, ਪ੍ਰੇਮ ਦੀ ਗੱਲ ਹੈ। ਪ੍ਰੇਮ ਨਾਲ ਰੱਬ ਮਿਲਦਾ, ਪ੍ਰੇਮ ਨਾਲ ਗੁਰੂ ਮਿਲਦਾ, ਅਤੇ ਪ੍ਰੇਮ ਨਾਲ ਹੀ ਅਸੀਂ ਕਿਸੇ ਨੂੰ ਬਦਲ ਸਕਦੇ ਹਾਂ, ਜੇ ਬਦਲਿਆ ਜਾ ਸਕਦਾ ਹੈ ਤਾਂ। ਕੀ ਸ਼ਬਦ ਵਰਤੇ, ਵੇ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ, ਪਹਿਲਾ ਹੀ ਸ਼ਬਦ ਵਰਤਿਆ, ਤੂੰ ਕਿਹਦਾ ਪੁੱਤਰ ਆ, ਸੰਤ ਅਤੇ ਸਿਪਾਹੀ ਦਾ। ਤੇਰਿਆਂ ਬਜ਼ੁਰਗਾਂ ਦੇ ਅੰਦਰ ਸੰਤਤਾਈ ਵੀ ਹੈਗੀ ਆ, ਅਤੇ ਤੇਰਿਆਂ ਬਜ਼ੁਰਗਾਂ ਦੇ ਅੰਦਰ ਸਿਪਾਹੀ ਵੀ ਹੈਗਾ। ਤੇਰੇ ਬਜ਼ੁਰਗ ਕਿਰਪਾਨ ਨਾਲ ਜ਼ੁਲਮ ਦਾ ਖਾਤਮਾ ਵੀ ਕਰ ਸਕਦੇ ਆ, ਜ਼ੁਲਮ ਦੇ ਖਾਤਮੇ ਲਈ ਜੇ ਤਵੀ 'ਤੇ ਬਹਿਣਾ ਪਏ, ਦਲੀਪ ਸਿੰਘ ਆ ਉਹ ਵੀ ਪਿੱਛੇ ਨਹੀਂ ਹਟਦੇ। ਇੱਕ ਤਾਂ ਪਿਓ ਅਤੇ ਦਾਦਿਆਂ ਦਾ ਅਕਸ਼ ਇੱਕ ਵਾਰ ਦਲੀਪ ਸਿੰਘ ਦੇ ਮੂਹਰੇ ਲਿਆ ਕੇ ਵੀ ਤੂੰ ਇਹਨਾਂ ਦਾ ਵਾਰਸ ਹੈ, ਤੇਰਾ ਬਾਪ ਆ, ਤੇਰਾ ਪੜਦਾਦਾ, ਤੇਰਾ ਦਾਦਾ। ਵੇ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਾਈ ਕਿਰਪਾਨ ਹੈ ਨਹੀਂ। ਹੋਵੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਅਤੇ ਗਾਤਰਾ ਤੇਰੇ ਸਰੀਰ 'ਤੇ ਨਾ ਫੱਬਦਾ ਹੋਵੇ ਤਾਂ ਕਿੱਡੀ ਮਾੜੀ ਗੱਲ ਹੈ। ਹੁਣ ਗਾਤਰੇ ਦਾ ਵੀ ਕੀ ਫਿਕਰ ਕਰਾਂ, ਤੂੰ ਤਾਂ ਪੰਜ ਕਕਾਰ ਹੀ ਲਾਹ ਆਇਆ ਇੰਗਲੈਂਡ ਦੀ ਧਰਤੀ 'ਤੇ ਜਾ ਕੇ। ਕੰਘਾ ਕੜਾ ਕੇਸ਼ ਕਿਰਪਾਨ, ਸਿੱਖੀ ਚਿੰਨ੍ਹਾਂ ਦਾ ਕੋਈ ਨਿਸ਼ਾਨ ਹੈ ਨਹੀਂ।
ਕੋਈ ਰਿਹਾ ਹੀ ਨਹੀਂ ਨਿਸ਼ਾਨ, ਸਾਰਿਆਂ ਨਿਸ਼ਾਨਾਂ ਨੂੰ ਆਪਣੇ ਆਪ ਤੋਂ ਜੁਦਾ ਕਰ ਦਿੱਤਾ। ਅਗਲੇ ਸ਼ਬਦ ਨਾਲ ਝੰਜੋੜਦੇ ਆ ਬੱਚੇ ਨੂੰ। ਮੈਂ ਸੋਚਦਾ ਕਾਸ਼ ਹਰ ਮਾਂ ਦੇ ਅੰਦਰੋਂ ਇਹ ਸ਼ਬਦ ਨਿਕਲਣ, ਹਰੇਕ ਮਾਂ ਦੇ ਅੰਦਰੋਂ ਇਹ ਵੇਦਨਾ ਨਿਕਲੇ, ਇਹ ਭਾਵਨਾ ਨਿਕਲੇ। ਅਤੇ ਸ਼ਬਦ ਤਾਂ ਉਹੀ ਨਿਕਲਣਗੇ ਨਾ ਜੋ ਅੰਦਰ ਗਿਆ, ਪਾਈ ਅਸੀਂ ਅੰਦਰ ਹੋਰ ਕੋ ਜਾਂਦੇ, ਜੋ ਪਾਈ ਜਾਂਦੇ ਉਹੀ ਨਿਕਲਣਾ, ਜੋ ਅੰਦਰ ਜਾਂਦਾ ਉਹੀ ਬਾਹਰ ਆਉਣਾ। ਅੰਦਰੋਂ ਸ਼ਬਦ ਨਿਕਲੇ ਮਹਾਰਾਣੀ ਜਿੰਦ ਕੌਰ ਦੇ, ਭੁੱਖ ਸੀ ਉਹਨਾਂ ਚੀਜ਼ਾਂ ਦੀ, ਪਿਆਸ ਸੀ, ਲਗਾਅ ਸੀ ਗੁਰੂ ਸਾਹਿਬ ਦੇ ਨਾਲ। ਵੇ ਤੈਨੂੰ ਈਸਾ ਦੀ ਸੂਲੀ 'ਤੇ ਯਾਦ ਰਹਿ ਗਈ, ਤੈਨੂੰ ਈਸਾ ਯਾਦ ਰਹਿ ਗਿਆ ਜਿਹੜਾ ਸੂਲੀ 'ਤੇ ਚੜ੍ਹ ਕੇ ਆਪਣਾ ਆਪ ਗਵਾ ਗਿਆ। ਭੁੱਲੇ ਤਵੀਆਂ 'ਤੇ ਤਾਰੀਆਂ ਲਾਉਣ ਵਾਲੇ, ਜਿਨ੍ਹਾਂ ਨੇ ਤਵੀਆਂ 'ਤੇ ਤਾਰੀਆਂ ਲਾਈਆਂ ਦਲੀਪ ਸਿੰਘ ਆ ਉਹਨਾਂ ਨੂੰ ਭੁੱਲ ਗਿਆ। ਤੇਰੇ ਬਾਪੂ ਨੂੰ ਤਵੀ 'ਤੇ ਬਿਠਾਇਆ ਗਿਆ ਲਾਹੌਰ ਦੀ ਧਰਤੀ 'ਤੇ, ਰਾਵੀ ਦੇ ਦਰਿਆ ਵਿੱਚ ਰੋੜ ਦਿੱਤਾ ਗਿਆ, ਦਲੀਪ ਸਿੰਘ ਦਾ ਚੇਤਾ ਨਾ ਆਇਆ। ਇੱਕ ਵਾਰ ਵੀ ਤੈਨੂੰ ਗੁਰੂ ਅਰਜਨ ਸਾਹਿਬ ਦੀ ਯਾਦ ਨਾ ਆਈ, ਤੈਨੂੰ ਦਿੱਲੀ ਦਾ ਚਾਂਦਨੀ ਚੌਂਕ ਚੇਤੇ ਨਾ ਆਇਆ। ਵੇ ਤੈਨੂੰ ਈਸਾ ਦੀ ਸੂਲੀ 'ਤੇ ਯਾਦ ਰਹਿ ਗਈ, ਭੁੱਲੇ ਤਵੀਆਂ 'ਤੇ ਤਾਰੀਆਂ ਲਾਉਣ ਵਾਲੇ। ਚੌਂਕ ਚਾਂਦਨੀ ਸੀਸ ਕਟਾਉਣ ਵਾਲੇ, ਤੇ ਬੱਚੇ ਆਪਣੇ ਹੱਥੀਂ ਕਹਾਉਣ ਵਾਲੇ, ਤੇ ਛੋਟੇ ਛੋਟੇ ਨੀਆਂ 'ਚ ਖੜ੍ਹੇ ਬੱਚਿਆਂ ਦੀ ਯਾਦ ਨਾ ਆਈ ਦਲੀਪ ਸਿੰਘ? ਤੈਨੂੰ ਤੇਰੀ ਖਾਤਰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਰਗੇ ਨੀਆਂ 'ਚ ਖੜ੍ਹ ਕੇ ਤੇਰੇ ਤੋਂ ਆਪਣਾ ਆਪ ਵਾਰ ਗਏ। ਰੋਂਦੀ ਹੋਈ ਮਾਂ ਨਾ ਅੰਦਰੋਂ ਟੁੱਟ ਚੁੱਕੀ ਹੈ, ਆਪਣੇ ਪੁੱਤਰ ਨੂੰ ਆਖਰੀ ਸ਼ਬਦ ਕਹਿੰਦੀ ਹੈ। ਚੰਗਾ ਹੁੰਦਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ, ਕਿੰਨਾ ਚੰਗਾ ਹੁੰਦਾ ਤੂੰ ਧਰਮ ਤੋਂ ਆਪਣਾ ਆਪ ਵਾਰ ਜਾਂਦਾ। ਲੱਤਾਂ 'ਤੇ ਚੱਲ ਕੇ ਆਇਆ ਨਾ, ਚਾਰ ਮੋਢਿਆਂ 'ਤੇ ਵੀ ਤੈਨੂੰ ਚੱਕ ਕੇ ਲਿਆਉਂਦੇ, ਮੇਰੀ ਅੱਖ 'ਚੋਂ ਪਾਣੀ ਨਹੀਂ ਸੀ ਆਉਣਾ, ਪਰ ਇੰਨੀ ਗੱਲ ਮੈਨੂੰ ਆ ਕੇ ਕਹਿ ਦਿੰਦੇ ਅਗਲੇ ਵੀ ਤੇਰੇ ਬੱਚੇ ਨੇ ਸਿੱਖੀ ਨਹੀਂ ਛੱਡੀ, ਉਹ ਸਰੀਰ ਛੱਡ ਗਿਆ। ਮੈਨੂੰ ਤੇਰੇ ਮੋਢਿਆਂ 'ਤੇ ਚੱਕ ਕੇ ਆਉਣ ਦਾ ਉਨਾ ਅਫਸੋਸ ਨਹੀਂ ਹੋਇਆ ਜਿੰਨਾ ਤੇਰਾ ਲੱਤਾਂ 'ਤੇ ਤੁਰ ਕੇ ਆਉਣ ਦਾ ਅਫਸੋਸ ਹੋਇਆ ਵੀ ਤੂੰ ਸਿੱਖੀ ਵੇਚ ਆਇਆ, ਕਲੰਗੀਧਰ ਦੀ ਮੋਹਰ ਗਵਾਇਆ। ਇੱਦੂ ਤਾਂ ਲਾਸ਼ ਬਣ ਕੇ ਆ ਜਾਂਦਾ, ਮੈਂ ਇੰਨਾ ਤਾਂ ਕਹਿਣ ਜੋਗਾ ਹੋ ਜਾਂਦੀ ਵੀ ਮੇਰਾ ਬੱਚਾ ਨਿਭਾ ਗਿਆ। ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ, ਰਹਿੰਦੀ ਗੁਰੂ ਨੂੰ ਮੂੰਹ ਵਿਖਾਉਣ ਜੋਗੀ। ਮੈਂ ਘੱਟੋ ਘੱਟ ਆਪਣੇ ਪਾਤਸ਼ਾਹ ਦੇ ਸਾਹਮਣੇ ਆਪਣਾ ਮੂੰਹ ਤਾਂ ਵਿਖਾ ਲੈਂਦੀ ਵੀ ਪਾਤਸ਼ਾਹ ਮੈਂ ਇੱਕ ਰਾਣੀ ਨਹੀਂ ਬਣ ਸਕੀ, ਮੈਂ ਰਾਜ ਭਾਗ ਨਹੀਂ ਸਾਂਭ ਸਕੀ, ਮੈਂ ਉਹ ਹਾਰ ਨਾ ਸਾਂਭੇ, ਮੈਂ ਤਖ਼ਤ ਨਾ ਸਾਂਭਿਆ, ਮੈਂ ਤਾਜ ਨਾ ਸਾਂਭਿਆ, ਮੈਂ ਉਹ ਮਾਇਆ ਨਾ ਸਾਂਭੀ, ਮੈਂ ਪਰਜਾ 'ਤੇ ਰਾਜ ਨਾ ਕਰ ਸਕੀ, ਪਰ ਬਾਜਾਂ ਵਾਲਿਆ ਮੈਂ ਤੇਰੀ ਦਿੱਤੀ ਹੋਈ ਦਾਤ ਨੂੰ ਗਵਾਇਆ ਥੋੜ੍ਹਾ, ਮੈਂ ਇਹ ਤਾਂ ਸੰਭਾਲ ਕੇ ਰੱਖੀ ਹੈ। ਮੇਰੇ ਕੋਲ ਮੇਰਾ ਬੱਚਾ ਆ ਜਿਹੜਾ ਤੇਰੀ ਦਿੱਤੀ ਦਾਤ ਨਾਲ ਜੁੜਿਆ ਹੋਇਆ ਆ, ਇੰਨਾ ਤਾਂ ਕਹਿਣ ਜੋਗਾ ਹੋ ਜਾਂਦੀ ਆਪਣੇ ਗੁਰੂ ਨੂੰ, ਮੈਂ ਕਿਹੜੇ ਮੂੰਹ ਨਾਲ ਜਾਵਾਂ ਉਹਦੇ ਕੋਲ? ਮੈਂ ਤਾਂ ਚੰਗੀ ਮਾਂ ਨਹੀਂ ਬਣ ਸਕੀ। ਇੱਕ ਚੰਗੀ ਮਾਂ ਹੋਣ ਦਾ, ਸਿਆਣੀ ਮਾਂ ਹੋਣ ਦਾ, ਇੱਕ ਸਿੱਖ ਦੀ ਮਾਂ ਹੋਣ ਦਾ ਵੀ ਮਾਣ ਖੋ ਲਿਆ ਦਲੀਪ ਸਿੰਘ ਆ ਮੇਰੇ ਤੋਂ, ਉਹ ਨਾ ਮੇਰੇ ਹਿੱਸੇ ਆਇਆ। ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ, ਰਹਿੰਦੀ ਗੁਰੂ ਨੂੰ ਮੂੰਹ ਵਿਖਾਉਣ ਜੋਗੀ। ਹੋ ਸ਼ੇਰੇ ਪੰਜਾਬ ਦੀ ਰੂਹ ਅੱਜ ਤੜਫਦੀ ਨਾ, ਅੱਜ ਤੇ ਮੜੀਆਂ ਵਿੱਚ ਬੈਠਾ ਹੋਇਆ ਤੇਰਾ ਬਾਪੂ ਵੀ ਧਾਹਾਂ ਮਾਰਦਾ ਹੋਏਗਾ। ਘਬਰਾਇਆ ਨਹੀਂ ਸੀ ਉਸ ਦਿਨ ਉਹ, ਜਿੱਦੇ ਉਹਦੀ ਅੱਖ ਦਾ ਤਾਰਾ ਸਰਦਾਰ ਨਲੂਆ ਜਮਰੌਤ ਦੇ ਕਿਲ੍ਹੇ ਵਿੱਚ ਆਖਰੀ ਸਵਾਸ ਪੂਰੇ ਕਰ ਗਿਆ ਸੀ, ਮੱਥੇ ਵੱਟ ਨਹੀਂ ਸੀ ਪਾਇਆ ਉਹਨੇ, ਵੱਡੀਆਂ ਵੱਡੀਆਂ ਸਮੱਸਿਆਵਾਂ ਉਹਦੀ ਜ਼ਿੰਦਗੀ 'ਚ ਆਈਆਂ, ਉਹਨੇ ਘਬਰਾਹਟ ਨਹੀਂ ਮਹਿਸੂਸ ਕੀਤੀ ਸੀ। ਅੱਜ ਤਾਂ ਉਹ ਵੀ ਧਾਹਾਂ ਮਾਰੇਗਾ, ਅੱਜ ਤਾਂ ਉਹ ਵੀ ਕੁਰਲਾਏਗਾ। ਸ਼ੇਰੇ ਪੰਜਾਬ ਦੀ ਰੂਹ ਅੱਜ ਤੜਫਦੀ ਨਾ,
ਤੇ ਰਹਿੰਦੀ ਸਿੱਖ ਦੀ ਮਾਂ ਅਖਵਾਉਣ ਜੋਗੀ। ਅਤੇ ਮੈਨੂੰ ਇੱਕ ਸਿੱਖ ਦੀ ਮਾਂ ਹੋਣ ਦਾ ਮਾਣ ਤਾਂ ਮਿਲ ਜਾਂਦਾ ਘੱਟੋ ਘੱਟ। ਇਹ ਵੀ ਮਾਂ ਖੋਲਿਆ, ਇਹ ਵੀ ਮਾਣ ਖੋਲਿਆ। ਅਜੇ ਮਾਂ ਆਪਣੇ ਅੰਦਰੋਂ ਨਿਕਲੇ ਹੋਏ ਪ੍ਰੇਮ ਦੇ ਸ਼ਬਦਾਂ ਨੂੰ ਬੋਲ ਕੇ ਚੁੱਪ ਕੀਤੀ ਹੈ। ਅੱਖਾਂ 'ਚ ਨੀਰ ਹੈ, ਹੱਥ ਕੰਬ ਰਹੇ ਹੈ। ਪਤਾ ਉਦੋਂ ਲੱਗਾ ਜਦੋਂ ਦਲੀਪ ਸਿੰਘ ਪੈਰਾਂ 'ਤੇ ਜਾ ਪਿਆ, ਚੱਕ ਕੇ ਕਲੇਜੇ ਨਾਲ ਆਇਆ, ਬਹੁਤ ਰੋਇਆ। ਕਹਿੰਦਾ ਮਾਂ, ਉਹ ਸਾਲਾਂ 'ਚ ਨਹੀਂ ਬਦਲ ਸਕੇ, ਤੂੰ ਮਿੰਟਾਂ 'ਚ ਬਦਲ ਦਿੱਤਾ। ਮੈਂ ਆਪਣੇ ਗੁਨਾਹਾਂ ਨੂੰ ਸਵੀਕਾਰ ਕਰਦਾ, ਹੋਰ ਦੁਨੀਆ 'ਚ ਰਹਿ ਕੇ ਤੇਰਾ ਪੁੱਤ ਹੋਰ ਦਾ ਹੋਰ ਹੀ ਬਣ ਗਿਆ। ਪਰ ਭਾਗਾਂ ਵਾਲੀਆਂ ਤੇਰੀ ਮੇਰੀ ਮਾਂ ਚੰਦ ਮਿੰਟਾਂ 'ਚ ਲੰਡਨ ਦੀ ਧਰਤੀ ਤੋਂ ਮੈਨੂੰ ਚਮਕੌਰ ਦੀ ਗੜੀ ਅਤੇ ਸਰਹੰਦ ਦੀਆਂ ਨੀਹਾਂ 'ਚ ਲਿਆ ਕੇ ਖੜ੍ਹਾ ਕਰ ਦਿੱਤਾ। ਕਿੰਨੀ ਮਾਂ ਮੇਰੀ ਸਿਆਣੀ ਅਤੇ ਸੁਲਝੀ ਹੋਈ ਹੈ। ਇਹ ਕੁੱਟ ਕੁੱਟ ਕੇ ਮੇਰੇ ਅੰਦਰ ਮਨਮਤ ਕਰਮ ਕਾਂਡ ਪਖੰਡ ਅਤੇ ਸਿੱਖੀ ਦੇ ਖਿਲਾਫ਼ ਕੂੜ ਪ੍ਰਚਾਰ ਭਰਦੇ ਰਹੇ। ਤੇਰੇ ਪੰਜਾਂ ਕੁ ਮਿੰਟਾਂ ਦੇ ਇਤਿਹਾਸ ਨੇ ਅਤੇ ਦਿਲਾਂ 'ਚੋਂ ਨਿਕਲੇ ਸ਼ਬਦ ਨੇ ਮੇਰੇ ਅੰਦਰਲੇ ਕੂੜ ਨੂੰ ਕੱਢ ਕੇ ਬਾਹਰ ਮਾਰਿਆ। ਮੈਨੂੰ ਆਪਣੀਆਂ ਪਿਛਲੀਆਂ ਕੀਤੀਆਂ ਗਲਤੀਆਂ 'ਤੇ ਪਛਤਾਵਾ ਆ ਮਾਂ। ਗੁਰੂ ਮਾਫ਼ ਕਰਦਾ, ਤੂੰ ਮੇਰੀ ਮਾਂ ਆ, ਤੂੰ ਮਾਫ਼ ਕਰ ਦੇ। ਮੈਂ ਸਮਝਾਂਗਾ ਮੇਰੇ ਗੁਰੂ ਨੇ, ਮੇਰੇ ਪਾਤਸ਼ਾਹ ਨੇ ਮੈਨੂੰ ਮਾਫ਼ ਕਰ ਦਿੱਤਾ। ਪਿਛਲੇ ਗੁਨਾਹਾਂ ਪ੍ਰਭ ਬਖਸ਼ ਲੈ, ਆਗੇ ਮਾਰਗ ਪਾਵੇ। ਦਲੀਪ ਸਿੰਘ ਅੱਜ ਤੋਂ ਬਾਅਦ ਸਿੱਖੀ ਦਾ ਰਸਤਾ ਛੱਡ ਕੇ ਕਿਸੇ ਦੂਜੇ ਦੀ ਝੋਲੀ ਵਿੱਚ ਜਾ ਕੇ ਨਹੀਂ ਬੈਠੇਗਾ। ਆਖਰੀ ਸਵਾਸਾਂ ਤੱਕ ਉਸ ਯੋਧੇ ਨੇ ਗੁਰੂ ਨਾਨਕ ਦੀ ਦਾਤ ਨੂੰ ਸੰਭਾਲਿਆ ਆਇਆ। ਇਹ ਪ੍ਰੇਮ ਦੀਆਂ ਖੇਡਾਂ ਨੇ। ਮੇਰੀਆਂ ਮਾਵਾਂ ਬੈਠੀਆਂ, ਅਸੀਂ ਜਾਗ ਜਾਈਏ ਨਾ, ਸਾਡਿਆਂ ਪੁੱਤਾਂ ਨੂੰ ਸਮੈਕ ਵੱਲ, ਚਿੱਟੇ ਵੱਲ ਅਤੇ ਸ਼ਰਾਬਾਂ ਵੱਲ ਦੁਨੀਆ ਦੀ ਕੋਈ ਵੀ ਤਾਕਤ ਲਿਜਾ ਨਹੀਂ ਸਕਦੀ। ਕੋਸ਼ਿਸ਼ ਕਰੋ, ਦੋ ਦਿਨ ਦੇ ਦੀਵਾਨ ਹੋਰ ਹੈ, ਮੇਰੀ ਜ਼ਿੰਮੇਵਾਰੀ ਨਹੀਂ, ਅਗਲੀ ਜ਼ਿੰਮੇਵਾਰੀ ਤੁਹਾਡੀ ਹੈ। ਹਰੇਕ ਘਰ 'ਚ ਜਾਓ, ਮਿਹਨਤ ਕਰੋ, ਤਰਲਾ ਕਰੋ, ਪੈਰੀ ਹੱਥ ਲਾਓ, ਤਾਂ ਕਿ ਜਿਹੜੇ ਗੁਰਦੁਆਰਿਆਂ 'ਤੇ ਕਰੋੜਾਂ ਰੁਪਈਆ ਲੱਗਿਆ ਸੀ, ਇਹਨਾਂ 'ਚ ਬਹਿ ਕੇ ਆਪਣੇ ਗੁਰੂ ਦੀ ਗੱਲ ਵੀ ਕਰ ਸਕੀਏ। ਘਰ ਘਰ ਜਾ ਕੇ ਹੋਕਾ ਦਿਓ ਵੀ ਭਾਈ, ਉਹ ਪ੍ਰਚਾਰਕ ਕੋਈ ਆਪਣੇ ਘਰ ਦਾ ਪ੍ਰਚਾਰ ਕਰਨ ਨਹੀਂ ਆਇਆ, ਉਹ ਕੋਈ ਆਪਣੇ ਬਾਰੇ ਦੱਸਣ ਨਹੀਂ ਆਇਆ, ਉਹਦੇ ਬਾਰੇ ਗੱਲ ਕਰਨ ਆਇਆ ਜਿਹਨੂੰ ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ, ਤਾਂ ਕਿ ਆਪਾਂ ਲਾਹਾ ਲੈ ਸਕੀਏ। ਇਹਨਾਂ ਜਿਹੜੇ ਵੀਰਾਂ ਨੇ ਯਤਨ ਕੀਤਾ, ਸਾਡੇ ਕੰਨਾਂ ਤੱਕ ਗੁਰਬਾਣੀ ਦੀ ਅਤੇ ਆਪਣੇ ਗੁਰੂ ਦੀ ਆਵਾਜ਼ ਪਹੁੰਚ ਸਕੇ, ਸਾਡੇ ਸੁੱਤੇ ਹੋਏ ਮਨ ਜਾਗ ਪੈਣ, ਅਤੇ ਸਾਡਾ ਇਹ ਪੰਜਾਬ ਗੁਰੂਆਂ ਦੇ ਨਾਂ 'ਤੇ ਜਿਉਂਦਾ ਹੋ ਜਾਏ, ਗੁਰੂਆਂ ਦੇ ਰਸਤੇ 'ਤੇ ਤੁਰ ਕੇ ਆਪਣੀ ਜ਼ਿੰਦਗੀ ਸਵਾਰ ਲਵੇ। ਪ੍ਰੇਮ ਭਗਤ ਕੇ ਕਾਰਨ ਹੈ ਕਹਿ ਰਵਿਦਾਸ ਚਮਾਰ। ਜੇ ਟੁੱਟ ਗਏ, ਹਉਮੈ 'ਚ ਗੁਰਦੁਆਰੇ ਵੀ ਵੱਖਰੇ ਹੁੰਦੇ ਹੈ, ਧੜੇ ਵੀ ਬਣਦੇ ਹੈ, ਲੜਾਈਆਂ ਵੀ ਵੱਧਦੀਆਂ, ਵਖਰੇਵੇਂ ਵੀ ਹੁੰਦੇ ਹੈ, ਹਉਮੈ ਖਲਾਰਾ ਪਾਉਂਦੀ ਹੈ ਅਤੇ ਗੁਰੂ ਜੋੜਦਾ ਆ। ਜਦੋਂ ਇੱਕ ਛੱਤ ਥੱਲੇ ਦੋ ਭਰਾ ਲੜਦੇ ਹੋਣ, ਸਿਆਣਾ ਬੰਦਾ ਰਾਏ ਦਿੰਦਾ ਵੀ ਆਪਸ ਵਿੱਚ ਦੋ ਭਰਾ ਲੜਦੇ ਚੰਗੇ ਨਹੀਂ ਲੱਗਦੇ। ਇਹ ਸਿਧਾਂਤ ਕੇਵਲ ਘਰ 'ਤੇ ਹੀ ਲਾਗੂ ਨਹੀਂ ਹੁੰਦਾ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਅਸੀਂ ਸਾਰੇ ਉਸ ਵਾਹਿਗੁਰੂ ਦੇ, ਉਸ ਅਕਾਲ ਪੁਰਖ ਦੇ ਬੱਚੇ ਹਾਂ। ਅਸੀਂ ਵੀ ਇੱਕ ਦੂਜੇ ਨਾਲ ਇੱਦਾਂ ਸਾੜਾ ਰੱਖਦੇ, ਈਰਖਾ ਰੱਖਦੇ, ਆਪਾਂ ਚੰਗੇ ਨਹੀਂ ਲੱਗਦੇ। ਅਸੀਂ ਵੀ ਕੋਸ਼ਿਸ਼ ਕਰੀਏ, ਜਿਹੜੇ ਵਖਰੇਵੇਂ ਸਾਡੇ ਪਿੰਡਾਂ ਸ਼ਹਿਰਾਂ 'ਚ ਪਏ ਹੋਏ ਆ, ਗੁਰਬਾਣੀ ਦੇ ਪ੍ਰਚਾਰ ਰਾਹੀਂ ਵਖਰੇਵੇਂ ਸਾਡੇ ਦਿਲਾਂ ਦਿਮਾਗਾਂ 'ਚੋਂ ਮਰ ਜਾਣ ਅਤੇ ਖਤਮ ਹੋ ਜਾਣ, ਅਸੀਂ ਆਪਣਾ ਜੀਵਨ ਸਫਲ ਕਰ ਸਕੀਏ, ਬਾਣੀ ਨਾਲ ਆਪਣੇ ਅੰਦਰ ਨੂੰ ਸੋਧ ਸਕੀਏ। ਮਨ ਧੋਵੋ, ਸ਼ਬਦ ਲਾਗੋ। ਆਪਣੇ ਆਪ ਨੂੰ ਧੋਣ ਦਾ ਸਭ ਤੋਂ ਵਧੀਆ ਅਤੇ ਸੋਹਣਾ ਰਾਹ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ। ਸੋ ਇਸੇ ਸਮੇਂ ਤੁਸੀਂ ਕੱਲ੍ਹ ਨੂੰ ਪਹੁੰਚਣਾ, ਰਾਗੀ ਸਿੰਘ ਵੀਰ ਵੀ ਤੁਹਾਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਦੇ ਰਹਿਣਗੇ, ਅਤੇ ਇਹ ਕਥਾ ਦੇ ਸਮਾਗਮ ਵੀ ਦੋ ਦਿਨ ਹੋਰ ਹੈ। ਆਸ ਕਰਦੇ ਹਾਂ ਤੁਸੀਂ ਲਾਹਾ ਲਓਗੇ। ਅੱਜ ਦੀ ਵਿਚਾਰ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਗੁਸਤਾਖੀ ਹੋਈ ਹੋਵੇ, ਤੁਹਾਡੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਖਿਮਾ ਕਰ ਦਿਓ। ਕੋਈ ਗੱਲ ਚੰਗੀ ਲੱਗੀ ਹੋਵੇ, ਮੇਰੀ ਨਹੀਂ, ਮੇਰੇ ਸਤਿਗੁਰ ਦੀ ਜਾਣ ਕੇ ਝੋਲੀ ਵਿੱਚ ਪਾਇਓ। ਸ਼ੁਕਰਾਨਾ ਮੇਰੇ ਮਾਲਕ ਦਾ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਜਿਨ੍ਹਾਂ ਨੇ ਬੜਾ ਸੋਹਣਾ ਅਤੇ ਸੱਜਾ ਉਪਰਾਲਾ ਕੀਤਾ। ਅੰਤ ਵਿੱਚ ਫਤਿਹ ਨਾਲ ਸਾਂਝ ਪਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।